ਕਬੀਰ ਸੰਤਨ ਕੀ ਝੁੰਗੀਆਂ ਪਲੀ ਪਠ ਕੁਸਤੀ ਗਾਉ ਆਗ ਲੱਗਉ ਤਿਹ ਧੌਲ ਹਰ ਜਿਹ ਨਾਹੀ ਹਰ ਕੋ ਨਾ ਕਬੀਰ ਸਾਹਿਬ ਸਮਝਾ ਰਹੇ ਨੇ ਰੱਬ ਦੇ ਪਿਆਰੇ ਦੀ ਮਮੂਲੀ ਜਈ ਝੁੱਗੀ ਹੋਵੇ ਉਹ ਵੀ ਪਲੀ ਹੈ ਉਹ ਵੀ ਚੰਗੀ ਹੈ ਪਰ ਦੂਜੇ ਪਾਸੇ ਝੂਠ ਦਾ ਪੂਰਾ ਪਿੰਡ ਵੀ ਉਸਰਿਆ ਹੋਵੇ ਪੂਰਾ ਨਗਰ ਵੀ ਉਸਰਿਆ ਹੋਵੇ ਉਹ ਇਦਾਂ ਹੈ ਭਾਵੇਂ ਇੱਕ ਪੱਠੀ ਦੇ ਵਿੱਚ ਪੈ ਕੇ ਤੇ ਖਤਮ ਹੋ ਜਾਵੇ ਜਿਵੇਂ ਕੋਈ ਚੀਜ਼ ਪੱਠੀ ਦੇ ਵਿੱਚ ਪੈਂਦੀ ਹੈ ਅੱਗ ਦੇ ਵਿੱਚ ਪੈਂਦੀ ਹੈ ਤੇ ਸੜ ਕੇ ਖਤਮ ਹੋ ਜਾਂਦੀ ਹੈ ਉਸ ਪਿੰਡ ਦੇ ਮੁਕਾਬਲੇ ਉਸ ਨਗਰ ਦੇ ਮੁਕਾਬਲੇ ਜਿਹੜਾ ਝੂਠ ਦੇ ਸਿਰ ਦੇ ਉੱਤੇ ਉਸਰਿਆ ਹੋਇਆ ਹੈ ਬੇਈਮਾਨੀ ਦੇ ਸਿਰ ਦੇ ਉੱਤੇ ਉਸਰਿਆ ਹੋਇਆ ਹੈ ਉਹਦੇ ਮੁਕਾਬਲੇ ਦੇ ਉੱਤੇ ਰੱਬ ਦੇ ਪਿਆਰੇ ਦੀ ਇੱਕ ਛੋਟੀ ਜੀ ਝੌਂਪੜੀ ਵੀ ਜਿਹੜੀ ਹੈ ਉਹ ਚੰਗੀ ਹੈ ਭਲੀ ਹੈ ਫਿਰ ਮਨਾਲ ਹੀ ਉਹਨਾਂ ਨੇ ਬਚਨ ਕੀਤੇ ਨੇ ਆਗ ਲੱਗਾਓ ਤਿਹ ਧੌਲ ਹਰ ਧੌਲਰ ਸ਼ਬਦ ਉਹਦੇ ਲਈ ਵਰਤਿਆ ਜਾਂਦਾ ਹੈ ਜਿਹੜੇ ਵੱਡੇ ਵੱਡੇ ਅੱਜ ਦੇ ਸਮੇਂ ਦੇ ਵਿੱਚ ਬੰਗਲੇ ਹੁੰਦੇ ਨੇ ਜਿਨ੍ਹਾਂ ਥਾਵਾਂ ਦੇ ਉੱਤੋਂ ਲੋਕਾਂ ਨੇ ਇੱਕ ਖਿਆਲ ਕੀਤਾ ਹੁੰਦਾ ਹੈ ਕਿ ਇਹਨਾਂ ਦੇ ਕੋਲ ਬਹੁਤ ਪੈਸਾ ਹੋਵੇਗਾ ਪਰ ਕਬੀਰ ਸਾਹਿਬ ਆਖਦੇ ਨੇ ਵੱਡੇ ਤੋਂ ਵੱਡੇ ਘਰ ਹੋਣ ਮਹਿਲ ਹੋਣ ਜੇਕਰ ਇਹਨਾਂ ਮਹਿਲਾਂ ਤੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਵਾਜ਼ ਨਹੀਂ ਆ ਰਹੀ ਜੀ ਇਹਨਾਂ ਘਰਾਂ ਦੇ ਵਿੱਚ ਰਹਿ ਕੇ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜਾ ਰਿਹਾ ਤੇ ਇਹ ਇਦਾਂ ਹੈ ਸਮਝ ਲਓ ਜਿੱਦਾਂ ਅੱਗ ਦੇ ਵਿੱਚ ਪਏ ਸੜ ਰਹੇ ਹੋਣ ਫਿਰ ਇਹਨੂੰ ਇੱਕ ਵਾਰ ਸਮਝ ਲਈਏ ਕਬੀਰ ਸਾਹਿਬ ਆਖਦੇ ਨੇ ਰੱਬ ਦੇ ਪਿਆਰੇ ਸੰਤ ਦੀ ਇੱਕ ਮਾਮੂਲੀ ਜਈ ਝੁੱਗੀ ਵੀ ਉਹ ਚੰਗੀ ਹੈ ਕੂੜ ਦੇ ਝੂਠ ਦੇ ਪੂਰੇ ਪਿੰਡ ਦੇ ਨਾਲੋਂ ਝੂਠ ਦੇ ਪੂਰੇ ਨਗਰ ਦੇ ਨਾਲੋਂ ਦੂਜੇ ਪਾਸੇ ਕਿੰਨੇ ਵੀ ਕਮਾਲ ਦਾ ਮਹਿਲ ਹੋਵੇ ਜੇ ਮਾਲਕ ਦਾ ਨਾਮ ਨਹੀਂ ਹੈ ਉੱਥੇ ਤੇ ਕਬੀਰ ਸਾਹਿਬ ਆਖ ਰਹੇ ਨੇ ਇਹ ਇਦਾਂ ਹੈ ਜਿੱਦਾਂ ਸਮਝ ਲਓ ਕਿ ਉਹ ਅੱਗ ਦੇ ਵਿੱਚ ਤੁਖ ਦਾ ਪਿਆ ਹੋਵੇ ਇਸ ਜੀਵਨ ਨੂੰ ਜਾਂ ਇਸ ਸ਼ਲੋਕ ਨੂੰ ਅਸੀਂ ਬਾਬਾ ਕਬੀਰ ਸਾਹਿਬ ਜੀ ਦੇ ਬਚਨਾਂ ਦੇ ਦੁਆਰਾ ਜੇ ਵੇਖਾਂਗੇ ਤੇ ਸਾਡਿਆਂ ਘਰਾਂ ਦੇ ਮਾਹੌਲ ਉਹ ਕਿਵੇਂ ਦੇ ਹੋਣੇ ਚਾਹੀਦੇ ਨੇ ਲਗਭਗ ਇਸ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਹੈ ਜਿੱਥੇ ਭਾਈ ਗੁਰਦਾਸ ਸਾਹਿਬ ਨੇ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਆਖਿਆ ਸੀ ਨਾ ਕਿ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ ਅਸਲ ਦੇ ਵਿੱਚ ਗੁਰਮਤ ਦੀ ਸਿੱਖਿਆ ਹੀ ਇਹ ਹੈ ਜਿੱਦਣ ਸਾਡਾ ਘਰ ਧਾਰਮਿਕ ਅਸਥਾਨ ਬਣ ਜਾਂਦਾ ਹੈ ਫਿਰ ਸੁਭਾਵਕ ਜੀ ਗੱਲ ਹੈ ਕਿ ਉਹਨੂੰ ਬੇਸਿਕ ਸਿੱਖਿਆ ਸਾਰੀ ਘਰ ਦੇ ਵਿੱਚੋਂ ਹੀ ਮਿਲ ਜਾਂਦੀ ਹੈ ਤੇ ਧਾਰਮਿਕ ਹੋਣ ਦਾ ਮਤਲਬ ਘਰ ਦਾ ਇਹ ਨਹੀਂ ਹੁੰਦਾ ਕਿ ਇਸ ਘਰ ਦੇ ਵਿੱਚ ਕਰਮਕਾਂਡ ਬਹੁਤ ਕੀਤੇ ਜਾਂਦੇ ਨੇ ਉਸ ਘਰ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਧਾਰਮਿਕ ਨੇ ਔਰ ਸੁਭਾਤ ਉਹ ਧਾਰਮਿਕ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਘਰ ਹੀ ਇੰਨਾ ਪਵਿੱਤਰ ਹੋ ਗਿਆ ਜਿੰਨਾ ਲੋਕ ਗੁਰਦੁਆਰਾ ਜਿੰਨਾ ਲੋਕ ਮੰਦਰ ਪਵਿੱਤਰ ਜਾਣਦੇ ਨੇ ਉਹਨਾਂ ਦਾ ਘਰ ਹੀ ਇੰਨਾ ਪਵਿੱਤਰ ਹੋ ਗਿਆ ਅਸਲ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਸਾਡਾ ਘਰ ਜਿੱਥੇ ਅਸੀਂ ਰਹਿ ਰਹੇ ਹਾਂ ਰਹਿਣ ਵਾਲਿਆਂ ਦੇ ਮਾਹੌਲ ਦੇ ਨਾਲ ਹੀ ਬਣਦਾ ਹੈ ਇਹ ਸਾਨੂੰ ਵੀ ਪਤਾ ਕਿ ਘਰ ਇਟਾਂ ਦਾ ਨਾਮ ਨਹੀਂ ਘਰ ਪਏ ਹੋਏ ਫਰਨੀਚਰ ਦਾ ਨਾਮ ਨਹੀਂ ਘਰ ਉੱਥੇ ਰਹਿਣ ਵਾਲੇ ਬੰਦਿਆਂ ਦਾ ਨਾਮ ਹੈ ਜਿਹੋ ਜੇ ਰਹਿਣ ਵਾਲੇ ਹੋਣਗੇ ਉਹ ਜਿਆ ਘਰ ਦਾ ਮਾਹੌਲ ਹੁੰਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਆਪਾਂ ਇੱਕ ਵਾਰਤਾ ਜਾਣ ਲਈਏ ਫਿਰ ਉਹ ਗੱਲ ਸਾਨੂੰ ਪਤਾ ਲੱਗ ਜਾਵੇਗੀ ਕਿ ਮਹਾਰਾਜ ਜੀ ਕਿਹੋ ਜਿਹੇ ਬੰਦਿਆਂ ਦਾ ਵਿਸਥਾਰ ਇਸ ਦੁਨੀਆ ਦੇ ਵਿੱਚ ਚਾਹੁੰਦੇ ਨੇ ਕਿ ਕਿਹੋ ਜਿਹੇ ਬੰਦੇ ਸਮਾਜ ਦੇ ਵਿੱਚ ਹਰ ਥਾਂ ਦੇ ਉੱਤੇ ਹੋਣੇ ਚਾਹੀਦੇ ਆਪਦੀ ਨੇ ਸ਼ਾਇਦ ਸਾਖੀ ਸੁਣੀ ਵੀ ਹੋਵੇਗੀ ਵਖ ਵਖ ਰੂਪਾਂ ਦੇ ਵਿੱਚ ਸੁਣਾਈ ਜਾਂਦੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਉਦਾਸੀਆਂ ਦੇ ਉੱਤੇ ਗਏ ਜਦੋਂ ਸਵੇਰੇ ਸਵੇਰ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਵੜੇ ਉਹਨਾਂ ਨੇ ਕੁਝ ਨਹੀਂ ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਦੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਕੋਈ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਕੇ ਬੈਠਾ ਨਹੀਂ ਕਿ ਜਿਵੇਂ ਮੰਨ ਲਓ ਭਾਗ ਉਹਨਾਂ ਦੇ ਇਦਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਲ ਉਹ ਧਿਆਨ ਨਹੀਂ ਦੇ ਸਕੇ ਤੇ ਸੱਚੇ ਪਾਤਸ਼ਾਹ ਨੇ ਜਦੋਂ ਨਗਰ ਛੱਡਿਆ ਤੇ ਸੱਚੇ ਪਾਤਸ਼ਾਹ ਜੀ ਨੇ ਲਫ਼ਜ਼ ਆਖ ਦਿੱਤਾ ਵਸਦੇ ਰਹੋ ਇਹ ਲਗਪਗ ਅਸੀਂ ਸੁਣੀ ਹੈ ਗਾਥਾ ਮਹਾਰਾਜ ਨੇ ਤੁਰਨ ਲੱਗਿਆਂ ਆਖ ਦਿੱਤਾ ਵਸਦੇ ਰਹੋ ਮਹਾਰਾਜ ਜੀ ਅਗਲੇ ਪਿੰਡ ਦੇ ਵਿੱਚ ਗਏ ਉਸ ਨਗਰ ਦੇ ਵਿੱਚੋਂ ਉੱਠ ਕੇ ਜਦੋਂ ਗਏ ਤੇ ਅਗਲੇ ਪਿੰਡ ਵਾਲਿਆਂ ਨੇ ਮਹਾਰਾਜ ਜੀ ਦੀ ਖੂਬ ਸੇਵਾ ਕੀਤੀ ਆਉ ਭਗਤ ਕੀਤੀ ਪਾਤਸ਼ਾਹ ਜੀ ਦਾ ਉਪਦੇਸ਼ ਵੀ ਸੁਣਿਆ ਹਜ਼ੂਰ ਦੀ ਸਿੱਖੀ ਵੀ ਧਾਰਨ ਕੀਤੀ ਤੇ ਜੋ ਸਾਖੀ ਸੁਣਾਈ ਜਾਂਦੀ ਹੈ ਉਹ ਇਸ ਗੱਲ ਨੂੰ ਆਖਦੀ ਹੈ ਮਹਾਰਾਜ ਜੀ ਉਹਨਾਂ ਦੀ ਸੇਵਾ ਤੇ ਜਦੋਂ ਵੇਖੀ ਕਿ ਇਹਨਾਂ ਨੇ ਆਏ ਗਏ ਦੀ ਸੇਵਾ ਕੀਤੀ ਹੈ ਤੇ ਹਜ਼ੂਰ ਨੇ ਉਹਨਾਂ ਨੂੰ ਇੱਕ ਲਫ਼ਜ਼ ਬੋਲਿਆ ਸੀ ਉਹ ਲਫ਼ਜ਼ ਸੀ ਉੱਜੜ ਜਾਓ ਇਹ ਬਚਨ ਹੈ ਸਾਡੀਆਂ ਬੋਲੀਆਂ ਦੇ ਵਿੱਚ ਅੱਖਰਾਂ ਦੇ ਚੀਜ਼ਾਂ ਦੇ ਅਰਥ ਕੁਝ ਹੋਰ ਹੁੰਦੇ ਨੇ ਜਦੋਂ ਕੋਈ ਰੱਬ ਦਾ ਪਿਆਰਾ ਉਹਨਾਂ ਅਰਥਾਂ ਨੂੰ ਬੋਲਦਾ ਹੁੰਦਾ ਹੈ ਉਹਨਾਂ ਅੱਖਰਾਂ ਨੂੰ ਬੋਲਦਾ ਹੁੰਦਾ ਉਹਦੇ ਅਰਥਾਂ ਦੀ ਉਹਦੇ ਕਹਿਣ ਦੀ ਗੱਲ ਦਾ ਭਾਵ ਕੁਝ ਹੋਰ ਹੁੰਦਾ ਹੈ ਮਹਾਰਾਜ ਨੇ ਆਖਿਆ ਉੱਜੜ ਜਾਓ ਭਾਈ ਮਰਦਾਨਾ ਜੀ ਜਿਹੜੇ ਪਹਿਲੇ ਪਿੰਡ ਦੇ ਵਿੱਚ ਮਹਾਰਾਜ ਦੇ ਨਾਲ ਸੀ ਤੇ ਉਹਨਾਂ ਨੇ ਸੁਣਿਆ ਕਿ ਮਹਾਰਾਜ ਜੀ ਜਿਨ੍ਹਾਂ ਨੇ ਤੁਹਾਨੂੰ ਪੁੱਛਿਆ ਵੀ ਨਹੀਂ ਸਾਡੇ ਵੱਲ ਵੇਖਿਆ ਤੱਕ ਨਹੀਂ ਉਹਨਾਂ ਨੂੰ ਤੁਸੀਂ ਇਹ ਕਹਿ ਆਏ ਜੇ ਵਸਦੇ ਰਹੋ ਤੇ ਆ ਜਿਹੜੇ ਵਿਚਾਰਿਆ ਨੇ ਇੰਨੀ ਸੇਵਾ ਕਰ ਦਿੱਤੀ ਹੈ ਆਰਾਮ ਦੇ ਨਾਲ ਲਾਗੇ ਬੈਠ ਕੇ ਸਾਡੀਆਂ ਗੱਲਾਂ ਵੀ ਸੁਣਦੇ ਪਏ ਨੇ ਤੇ ਤੁਸੀਂ ਇਹਨਾਂ ਨੂੰ ਕਹਿ ਦਿੱਤਾ ਹੈ ਉੱਜੜ ਜਾਓ ਮਹਾਰਜ ਇਹ ਕਿਤੇ ਇਹਨਾਂ ਦੇ ਲਈ ਕਿਤੇ ਲਬਜ਼ ਹੈ ਕਿਤੇ ਬਦ ਅਸੀਸਤ ਨਹੀਂ ਹੋਗੀ ਪਹਿਲੀ ਗੱਲ ਤੇ ਸਤਿਗੁਰੂ ਕਦੀ ਬਦ ਅਸੀਸ ਦਿੰਦਾ ਹੀ ਨਹੀਂ ਹੈ ਉਹ ਸਤਿਗੁਰੂ ਕਾ ਦਾ ਹੋਇਆ ਜਿਹਦੇ ਮੂੰਹ ਦੇ ਵਿੱਚੋਂ ਸਰਾਪ ਨਿਕਲ ਜਾਵੇ ਉਹ ਸਤਿਗੁਰੂ ਕਾਦਾ ਹੋਇਆ ਜੀਦੇ ਬੋਲਾਂ ਦੇ ਵਿੱਚੋਂ ਕੁਝ ਗੱਲ ਨਿਕਲ ਜਾਵੇ ਵੀ ਆ ਇਹਨੂੰ ਏਦਾਂ ਕਹਿ ਦਿੱਤਾ ਉਹ ਤੇ ਸੁਭਾਵਕ ਬੋਲ ਹੈ ਇਹ ਸਿਰਫ ਸਾਡੀ ਸਮਝ ਦੀ ਖਾਤਰ ਅਸੀਂ ਇਹ ਲਫ਼ਜ਼ ਲੈ ਲਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਬੋਲ ਇਹਨਾਂ ਦੇ ਉੱਤੇ ਕਹਿਣਾ ਢੁਕਦਾ ਤੇ ਨਹੀਂ ਵੀ ਤੁਸੀਂ ਕਿਉਂ ਆਖਿਆ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਲਈ ਤੁਸੀਂ ਆਖਦੇ ਪਏ ਜੇ ਵੀ ਤੁਸੀਂ ਭਾਈ ਉੱਜੜ ਜਾਓ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਆਖਦੇ ਜੇ ਵਸਦੇ ਰਹੋ ਇਹਦਾ ਮਤਲਬ ਕੀ ਹੈ ਹਜ਼ੂਰ ਨੇ ਆਖਿਆ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨੂੰ ਇਸ ਕਰਕੇ ਆਖਿਆ ਹੈ ਵਸਦੇ ਰਹੋ ਕਿ ਇਹ ਟੱਕੇ ਹੀ ਚੰਗੇ ਨੇ ਇਹ ਇੱਥੇ ਹੀ ਚੰਗੇ ਨੇ ਇਹੋ ਜੇ ਨਿਕੰਮੇ ਬੰਦੇ ਇਹੋ ਜੇ ਸੇਵਾ ਤੋਂ ਹੀਣੇ ਬੰਦੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਗੇ ਇਹ ਸਿਰਫ ਮਤਲਬ ਪ੍ਰਸਤ ਬੰਦੇ ਹੋਣਗੇ ਇਹ ਖੁਦ ਗਰਜ਼ ਬੰਦੇ ਹੋਣਗੇ ਜਿਨ੍ਹਾਂ ਨੂੰ ਆਪਣੇ ਨਾਲ ਹੀ ਮਤਲਬ ਹੈ ਕਿਸੇ ਆਏ ਗਏ ਦੇ ਨਾਲ ਕਿਸੇ ਦੁਨੀਆਦਾਰੀ ਦੀ ਸੇਵਾ ਦੇ ਨਾਲ ਮਤਲਬ ਨਹੀਂ ਇਹੋ ਜਿਹੇ ਬੰਦੇ ਦੁਨੀਆ 'ਚ ਫੈਲਣੇ ਨਹੀਂ ਚਾਹੀਦੇ ਇਸ ਕਰਕੇ ਇਹ ਟਕੇ ਹੀ ਚੰਗੇ ਨੇ ਇੱਥੇ ਹੀ ਰਹਿਣ ਤੇ ਵਧੀਆ ਹੈ ਮੈਂ ਇਸ ਕਰਕੇ ਆਖਿਆ ਹੈ ਵਸਦੇ ਰਹੋ ਤੇ ਭਾਈ ਜਿਹੜਾ ਲਫ਼ਜ਼ ਤੁਹਾਨੂੰ ਸੁਣਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਹਾਰਾਜ ਨੇ ਉੱਜੜ ਜਾਓ ਆਖਿਆ ਹੈ ਤੇ ਉਸ ਲਫ਼ਜ਼ ਦੇ ਕਹਿਣ ਦੇ ਵਿੱਚ ਵੀ ਇੱਕ ਅਸੀਸ ਹੈ ਉਹ ਅਸੀਸ ਇਹ ਹੈ ਕਿ ਭਾਈ ਇਹੋ ਜੇ ਬੰਦੇ ਜਿਹੜੇ ਆਏ ਗਏ ਬੰਦੇ ਦੀ ਸੇਵਾ ਕਰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੱਬ ਦੀ ਗੱਲ ਸੁਣੀ ਜਾਂਦੀ ਹੈ ਇਹੋ ਜੇ ਬੰਦੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਗੇ ਇਹੋ ਜੇ ਬੰਦੇ ਆਪਣੇ ਬੰਦਿਆਂ ਵਰਗੇ ਆਪਣੇ ਵਰਗੇ ਹੋਰ ਕਈ ਬੰਦੇ ਤਿਆਰ ਕਰ ਲੈਣਗੇ ਇਹੋ ਜੇ ਬੰਦੇ ਜਿੱਥੇ ਵੀ ਜਾਣਗੇ ਉੱਥੇ ਹੀ ਇਦਾਂ ਦਾ ਮਾਹੌਲ ਚੱਲ ਪਵੇਗਾ ਮੈਂ ਇਸ ਕਰਕੇ ਕਿਆ ਇਹੋ ਜੇ ਬੰਦਿਆਂ ਦਾ ਦੁਨੀਆ ਦੇ ਵਿੱਚ ਫੈਲਣਾ ਜ਼ਰੂਰੀ ਹੈ ਇਹੋ ਜੇ ਬੰਦਿਆਂ ਦਾ ਸਾਰੀ ਦੁਨੀਆ ਦੇ ਵਿੱਚ ਹੋਣਾ ਜ਼ਰੂਰੀ ਹੈ ਉੱਜੜਨ ਦਾ ਮਤਲਬ ਇਹ ਨਹੀਂ ਕਿ ਤਬਾਹ ਹੋ ਜਾਓ ਉੱਜੜਨ ਦਾ ਮਤਲਬ ਇਹ ਹੈ ਕਿ ਭਾਈ ਇਹ ਜਿੱਥੇ ਵੀ ਜਾਣਗੇ ਉੱਥੇ ਆਪਣੇ ਵਰਗੇ ਲੋਕ ਤਿਆਰ ਕਰਨਗੇ ਇਹ ਜਿੱਥੇ ਜਾਣਗੇ ਉਹਨਾਂ ਥਾਵਾਂ ਦੇ ਉੱਤੇ ਬੰਦਗੀ ਦੀ ਗੱਲ ਹੋਵੇਗੀ ਉਹਨਾਂ ਥਾਵਾਂ ਦੇ ਉੱਤੇ ਸੇਵਾ ਦੀ ਗੱਲ ਹੋਵੇਗੀ ਹੁਣ ਜਦੋਂ ਇਹ ਸੀਜ਼ ਨੂੰ ਅਸੀਂ ਆਪਣੇ ਜੀਵਨ ਦੀ ਸਿੱਖਿਆ ਦੇ ਵਿੱਚ ਤੇ ਕਬੀਰ ਸਾਹਿਬ ਦੇ ਬਚਨਾਂ ਦੇ ਵੱਲ ਸੋਚ ਕੇ ਵੇਖਦੇ ਹਾਂ ਤੇ ਕਬੀਰ ਸਾਹਿਬ ਨੇ ਆਖਿਆ ਹੈ ਕਿ ਇੱਕ ਮਾੜੀ ਜਈ ਕਿਸੇ ਰੱਬ ਦੇ ਪਿਆਰੇ ਦੀ ਝੁੱਗੀ ਉਹ ਵੀ ਚੰਗੀ ਹੈ ਲਗਭਗ ਜਦੋਂ ਵੀ ਅਸੀਂ ਗੁਰਮਤ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਸ ਸਬਜੈਕਟ ਦੀ ਗੱਲ ਕਰਦੇ ਹਾਂ ਤੇ ਅਸੀਂ ਹਰ ਵਾਰ ਇਸ ਗੱਲ ਨੂੰ ਆਖਦੇ ਹਾਂ ਭਾਈ ਮਹਾਰਜ ਨੇ ਇਹ ਨਹੀਂ ਆਖਿਆ ਕਿ ਸਾਡੇ ਘਰ ਚੰਗੇ ਨਹੀਂ ਹੋਣੇ ਚਾਹੀਦੇ ਸਾਡੇ ਘਰ ਵਧੀਆ ਤੋਂ ਵਧੀਆ ਹੋਣੇ ਚਾਹੀਦੇ ਨੇ ਪਰ ਮਹਾਰਜ ਨੇ ਇਹ ਜ਼ਰੂਰ ਆਖਿਆ ਹੈ ਕਿ ਇਸ ਘਰ ਦੇ ਵਿੱਚ ਸਾਰਾ ਧਿਆਨ ਕਿਤੇ ਲੱਕੜ ਦੇ ਵੱਲ ਸਾਰਾ ਧਿਆਨ ਕਿਤੇ ਬਿਲਡਿੰਗ ਦੇ ਵੱਲ ਇਹਨਾਂ ਦੇ ਦਿੱਤਾ ਜਾਵੇ ਤੇ ਘਰ ਦਾ ਮਾਹੌਲ ਉਹ ਐਡਾ ਬੁਰਾ ਹੋਵੇ ਤੇ ਬੰਦੇ ਦਾ ਉੱਥੇ 2-4 ਮਿੰਟ ਵੀ ਬੈਠਣ ਨੂੰ ਜੀ ਨਾ ਕਰੇ ਜਿੰਨਾ ਘਰ ਬਣਾਉਣ ਦੇ ਵੱਲ ਧਿਆਨ ਹੈ ਉਦੋਂ ਤੋਂ ਦੂਣਾ ਧਿਆਨ ਸਮਝ ਲਓ ਕਿ ਘਰ ਦਾ ਮਾਹੌਲ ਬਣਾਉਣ ਦੇ ਵੱਲ ਲਾਉਣਾ ਪੈਂਦਾ ਹੈ ਫਿਰ ਇੱਕ ਘਰ ਤਿਆਰ ਹੋ ਜਾਂਦਾ ਹੈ ਨਹੀਂ ਤੇ ਇਹੀ ਇਟਾਂ ਜਦੋਂ ਪੱਠੇ ਦੇ ਉੱਤੇ ਹੁੰਦੀਆਂ ਨੇ ਇਹੀ ਰੇਤ ਬਜਰੀ ਦੁਕਾਨ ਦੇ ਉੱਤੇ ਪਈ ਹੁੰਦੀ ਹੈ ਉਦੋਂ ਕੋਈ ਥੋੜਾ ਕਹਿੰਦਾ ਕਿ ਇਹ ਘਰ ਬਣ ਗਿਆ ਘਰ ਤੇ ਉਦੋਂ ਬਣਦਾ ਹੈ ਜਦੋਂ ਉਹ ਵਾਕਿਆ ਹੀ ਉੱਥੇ ਰਹਿਣ ਵਾਲੇ ਲੋਕ ਵੱਸਦੇ ਨੇ ਔਰ ਸਾਡੇ ਘਰਾਂ ਦੀ ਇਮੇਜ ਠੀਕ ਹੈ ਵਪਾਰਕ ਸੋਚ ਤੋਂ ਸੋਚਾਂਗੇ ਤੇ ਇਹ ਕਵਾਂਗੇ ਕਿ ਬਿਲਡਿੰਗ ਦੇ ਹਿਸਾਬ ਦੇ ਨਾਲ ਵੇਖੇ ਜਾਂਦੇ ਨੇ ਬਿਲਡਿੰਗ ਦੇ ਹਿਸਾਬ ਦੇ ਨਾਲ ਰੇਟ ਵੇਖੇ ਜਾਂਦੇ ਨੇ ਜਦੋਂ ਘਰ ਦੀ ਗੱਲ ਕਰਾਂਗੇ ਵੀ ਘਰ ਕੀ ਹੈ ਉਹ ਫਿਰ ਘਰ ਦੇ ਬੰਦਿਆਂ ਦੇ ਹਿਸਾਬ ਦੇ ਨਾਲ ਵੇਖੇ ਜਾਂਦੇ ਨੇ ਵੀ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਕਿਵੇਂ ਦੇ ਨੇ ਘਰ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਕਿਵੇਂ ਦਾ ਹੈ ਕਬੀਰ ਸਾਹਿਬ ਨੇ ਇੱਕ ਪੂਰਾ ਪਿੰਡ ਜਿਹੜਾ ਝੂਠ ਦੇ ਸਿਰ ਦੇ ਉੱਤੇ ਉਸਰਿਆ ਹੋਇਆ ਹੈ ਪੀਜੀ ਦੇ ਵਿੱਚ ਲਗਭਗ ਸਾਰੇ ਇੱਕੋ ਜਿਹੇ ਨੇ ਦੂਜੇ ਪਾਸੇ ਉਸ ਸੰਤ ਦੀ ਮਾੜੀ ਮੋਟੀ ਦੀ ਝੁੱਗੀ ਹੈ ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ ਇਹ ਤੇ ਸਿਰਫ ਇੱਕ ਉਦਾਹਰਣ ਹੈ ਕਿ ਝੁੱਗੀ ਦਾ ਕੀ ਹੈ ਹਨੇਰੀ ਆ ਗਈ ਉਹਨੇ ਉੱਡ ਜਾਣਾ ਉਹਦਾ ਪਤਾ ਨਹੀਂ ਕਿ ਛੱਤ ਬਚਣੀ ਆ ਕਿ ਨਹੀਂ ਉਹਨੂੰ ਹਨੇਰੀ ਦਾ ਵੀ ਡਰ ਮੀਂਹ ਆ ਗਿਆ ਉਹਦੇ ਅੰਦਰ ਪਾਣੀ ਚੋਣ ਲੱਗ ਪੈਂਦਾ ਉਹਦਾ ਇਦਾਂ ਦਾ ਹਾਲ ਹੈ ਤੇ ਆਪਦੀ ਨੇ ਸ਼ਾਇਦ ਕਿਤੇ ਘਟਨਾਵਾਂ ਸੁਣੀਆਂ ਹੋਣਗੀਆਂ ਪੁਰਾਣੀਆਂ ਲਿਖਤਾਂ ਦੇ ਵਿੱਚ ਆਹ ਉਦਾਹਰਣ ਬਹੁਤ ਆਉਂਦੀ ਹੈ ਕਿਉਂਕਿ ਜ਼ਿਆਦਾ ਝੁੱਗੀਆਂ ਕਾ ਦੀਆਂ ਬਣਾਉਣੀਆਂ ਨੇ ਸੁੱਕੀ ਲੱਕੜ ਦੀਆਂ ਬਣਾਉਣੀਆਂ ਨੇ ਤੇ ਰੋਟੀ ਪਾਣੀ ਵੀ ਉਸੇ ਘਰ ਦੇ ਵਿੱਚ ਤਿਆਰ ਹੋਣਾ ਫਿਰ ਤੇ ਅਕਸਰ ਵੇਖ ਲਿਓ ਚੁੱਲ੍ਹੇ ਬਾਹਰ ਹੁੰਦੇ ਸੀ ਘਰਾਂ ਤੋਂ ਉਹਦਾ ਰੀਜ਼ਨ ਇਹ ਹੁੰਦਾ ਸੀ ਵੀ ਭਾਈ ਜੇ ਕਿਤੇ ਅੱਗ ਉਹ ਫੈਲ ਗਈ ਝੁੱਗੀ ਨੂੰ ਲੱਗ ਗਈ ਤੇ ਉਹਨੇ ਉਹ ਵੀ ਸੜ ਕੇ ਸੁਆਹ ਕਰ ਦੇਣੀ ਉਹ ਇਸ ਕਰਕੇ ਚੁੱਲ੍ਹੇ ਬਾਹਰ ਹੁੰਦੇ ਸੀ ਘਰਾਂ ਦੇ ਤੇ ਕਈਆਂ ਕਈ ਵਾਰ ਹੋ ਵੀ ਇਦਾਂ ਜਾਂਦਾ ਹੁੰਦਾ ਸੀ ਵੀ ਹਨੇਰੀ ਆਈ ਅੱਗ ਬੁਝੀ ਨਹੀਂ ਸੀ ਚੰਗੀ ਤਰ੍ਹਾਂ ਉਹਨੇ ਉਹ ਅੱਗ ਲਗਾ ਦਿੱਤੀ ਝੁੱਗੀ ਨੂੰ ਤੇ ਉਹ ਸਾਰੀ ਦੀ ਸਾਰੀ ਸੜ ਕੇ ਸੁਆਹ ਹੋ ਗਈ ਅੱਗ ਨੇ ਸਾੜ ਦੇਣੀ ਐ ਪਾਣੀ ਨੇ ਉਹਨੂੰ ਰੋੜ ਦੇਣਾ ਹੈ ਪਾਣੀ ਦੇ ਨਾਲ ਉਹ ਗਿੱਲੀ ਹੋ ਜਾਣੀ ਐ ਹਨੇਰੀ ਨੇ ਉਹਨੂੰ ਉਡਾ ਕੇ ਲੈ ਜਾਣਾ ਹੈ ਪਤਾ ਨਹੀਂ ਕਿ ਲੰਮੇ ਪਿਆ ਹੋਵੇ ਥੱਲੇ ਬੰਦਾ ਤੇ ਉਹ ਕਿਹੋ ਜੀ ਚੀਜ਼ ਅੰਦਰ ਆ ਜਾਵੇ ਸਾਰੀ ਰਾਤ ਦਾ ਚੈਨ ਬੰਦੇ ਦਾ ਲੈ ਕੇ ਤਲਾ ਜਾਵੇ ਝੁਗੀ ਹੈ ਕੀ ਐ ਕੁਝ ਵੀ ਤੇ ਨਹੀਂ ਹੈ ਤਾਂ ਦੂਜੇ ਪਾਸੇ ਪੂਰੀ ਦਾ ਪੂਰਾ ਪਿੰਡ ਇਦਾਂ ਉਸਰਿਆ ਹੋਵੇ ਵੀ ਹਰ ਇੱਕ ਤਰੀਕੇ ਦਾ ਸੁੱਖ ਹਰ ਇੱਕ ਤਰੀਕੇ ਦੀ ਸਹੂਲਤ ਹੋਵੇ ਪਰ ਇਦਾਂ ਦੀ ਸਹੂਲਤ ਹੋਵੇ ਪੀਜੀ ਦੇ ਵਿੱਚ ਬੰਦੇ ਨੂੰ ਬੰਦਾ ਨਜ਼ਰ ਹੀ ਨਾ ਆਉਂਦਾ ਹੋਵੇ ਸਿਰਫ ਦਿਵਾਰਾਂ ਹੀ ਨਜ਼ਰ ਆਉਂਦੀਆਂ ਹੋਣ ਬੰਦੇ ਨੂੰ ਔਰ ਹੋ ਤਾਂ ਇਦਾਂ ਹੀ ਰਿਹਾ ਹੈ ਆਪ ਜੀ ਗੁਰਮਤਿ ਨੇ ਜਿਹੜਾ ਸਾਡਿਆਂ ਘਰਾਂ ਦਾ ਮਾਹੌਲ ਦਿੱਤਾ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਜ਼ੂਰ ਕਹਿ ਰਹੇ ਨੇ ਚਲੋ ਇੱਕ ਆਪਾਂ ਘਟਨਾ ਸ਼ਰ ਤੁਸੀਂ ਵੀ ਸੁਣੀ ਹੋਵੇਗੀ ਪਿਛੇ ਜੇ ਕਾਫੀ ਇਤਿਲੀ ਸੀ ਇੱਕ ਜਾਣਾ ਇਸ ਗੱਲ ਨੂੰ ਬੋਲਦਾ ਪਿਆ ਸੀ ਉਹ ਕਹਿੰਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਲਗਭਗ 50 60 ਸਾਲ ਦੀ ਏਸਦਾ ਹੋਏਗਾ ਬੰਦਾ ਅਸੀਂ ਛੋਟੇ ਹੁੰਦੇ ਸੀ ਤੇ ਇਕੱਠੇ ਸੌਂਦੇ ਹੁੰਦੇ ਸੀ ਲਗਭਗ ਅਸੀਂ ਉਸੇ ਫੈਮਲੀਆ ਦੇ ਵਿੱਚੋਂ ਨਿਕਲੇ ਆ ਹੁਣ ਵੱਖਰਾ ਹੋ ਗਿਆ ਸਾਥੂਤਾਬ ਤੇ ਉਹ ਹੋਰ ਗੱਲ ਹੈ ਕੁਝ ਸਮੇਂ ਦੀ ਗੱਲ ਹੈ ਕੁਝ ਹਾਲਾਤ ਵੀ ਇਦਾਂ ਦੇ ਹੋ ਗਏ ਇਹ ਵੱਖਰਾ ਪਾਸਾ ਹੈ ਮੈਨੂੰ ਸਾਨੂੰ ਹੀ ਕਰਨਾ ਪੈਣਾ ਵੀ ਇਕੱਠੇ ਸੌਂਦੇ ਸੀ ਤੇ ਕਿਸੇ ਵੇਲੇ ਇੱਕ ਅੱਦੇ ਨੂੰ ਖਾਂਸੀ ਵੀ ਆਉਣੀ ਤੇ ਸਾਰੇ ਟੱਬਰ ਨੇ ਪੁੱਛ ਲੈਣਾ ਵੀ ਤੈਨੂੰ ਕੀ ਹੋਇਆ ਤੈਨੂੰ ਕੀ ਹੋਇਆ ਸੁਭਾਵਿਕ ਜੀ ਗੱਲ ਹੈ ਵੀ ਲਾਗੇ ਪਾਵਾਂਗੇ ਤੇ ਪਤਾ ਤੇ ਲੱਗ ਹੀ ਜਾਣਾ ਪੀ ਇਹਨੂੰ ਚੈਨ ਨਹੀਂ ਆ ਰਿਹਾ ਰਾਤ ਨੂੰ ਉਹ ਫਿਰ ਉਹ ਦੱਸਦਾ ਕਹਿੰਦੇ ਫਿਰ ਅਸੀਂ ਏਡੇ ਤਗੜੇ ਹੋ ਗਏ ਵੀ ਘਰ ਦੇ ਹਰ ਮੈਂਬਰ ਲਈ ਸਾਡੇ ਕੋਲ ਇੱਕ ਇੱਕ ਰੂਮ ਐ ਸਪੈਸ਼ਲ ਵੀ ਇੱਕ ਦੇ ਰੂਮ ਦੇ ਵਿੱਚ ਦੂਜਾ ਇੰਟਰਫੇਅਰ ਨਹੀਂ ਕਰਦਾ ਦੂਜਾ ਜਾਂਦਾ ਨਹੀਂ ਉਹਦੇ ਰੂਮ ਦੇ ਵਿੱਚ ਵੀ ਇਹ ਉਹਦਾ ਪਰਸਨਲ ਐ ਇਹਦੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਛੇੜਨਾ ਇੱਥੇ ਜਾ ਕੇ ਤੁਸੀਂ ਬੈਠ ਨਹੀਂ ਸਕਦੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇੱਥੇ ਇਹ ਵਿਸ਼ਾ ਨਹੀਂ ਚੱਲਦਾ ਪਿਆ ਇੱਕ ਤੇ ਬਾਅਦ ਚ ਵਿਚਾਰਾਂਗੇ ਹਰ ਇੱਕ ਦੇ ਕੋਲ ਪਰਸਨਲ ਰੂਮ ਹੈ ਉਹ ਕਹਿੰਦਾ ਫਿਰ ਇੱਕ ਦਿਨ ਇਦਾਂ ਦਾ ਹੋਇਆ ਵੀ ਰਾਤ ਸਾਡੀ ਮਾਤਾ ਸੁੱਤੀ ਚੜਾਈ ਕਰ ਗਈ ਤਾਂ ਫਿਰ ਮੈਨੂੰ ਉਹ ਗੱਲ ਉਹ ਦਿਨ ਚੇਤੇ ਆਏ ਕਿ ਜੇ ਕਿਤੇ ਇਕੱਠੇ ਸੁੱਤੇ ਹੁੰਦੇ ਤੇ ਸ਼ਾਇਦ ਕੀ ਪਤਾ ਮਾਤਾ ਕਿਤੇ ਆਵਾਜ਼ ਮਾਰਦੀ ਤੇ ਸਾਨੂੰ ਸੁਣ ਹੀ ਜਾਂਦੀ ਹੁਣ ਸਾਡੇ ਨਾਲ ਹਾਲ ਤੇ ਹੋ ਗਿਆ ਵੀ ਸਾਡੇ ਹੈ ਤੇ ਅਸੀਂ ਨੇੜੇ-ਨੇੜੇ ਪਏ ਆ ਵਿੱਚ ਦੀਵਾਰਾਂ ਹੀ ਨਹੀਂ ਆ ਗਈਆਂ ਵੀ ਕਿਸੇ ਦੀ ਆਵਾਜ਼ ਸੁਣਦੀ ਨਹੀਂ ਸ਼ਾਇਦ ਅੱਗੇ ਜੋ ਹੋਣਾ ਉਹ ਤੇ ਵਾਹਿਗੁਰੂ ਦੀ ਮਰਜ਼ੀ ਹੈ ਨਾ ਪਰ ਉਹ ਜਿਹੜਾ ਅਫਸੋਸ ਰਹਿ ਗਿਆ ساری ਜ਼ਿੰਦਗੀ ਦਾ ਉਹ ਨਹੀਂ ਮੁੱਕਦਾ ਜਦੋਂ ਤੱਕ ਜ਼ਿੰਦਗੀ ਨਹੀਂ ਮੁੱਕਦੀ ਔਰ ਇਹ ਤੇ ਉਹ ਦੀਵਾਰਾਂ ਨੇ ਜਿਹੜੀਆਂ ਬਾਹਰ ਦੀਆਂ ਬਣੀਆਂ ਹੋਈਆਂ ਨੇ ਵੀ ਬਾਹਰ ਰੂਮ ਵੱਖਰਾ ਹੋ ਗਿਆ ਹੈ ਜਿਹੜੀਆਂ ਬੰਦਿਆਂ ਤੋਂ ਬੰਦਿਆਂ ਦੇ ਵਿੱਚ ਦੀਵਾਰਾਂ ਬਣ ਗਈਆਂ ਨੇ ਉਹ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਨੇ ਮਰਦ ਨੇ ਇਸ ਕਰਕੇ ਆਖਿਆ ਸੀ ਵੀ ਉਹ ਨਿਕੰਮਾ ਜਿਹਾ ਕਰ ਨਿਕੰਮਾ ਇਸ ਕਰਕੇ ਕਹੀ ਜਾਣਾ ਪੀ ਵੇਖਣ ਵਾਲੇ ਨੂੰ ਲੱਗੇਗਾ ਪੀ ਇਹ ਕਿੰਨੇ ਕਦਾ ਬਣਿਆ ਹੋਵੇਗਾ ਕਿਉਂਕਿ ਅੱਜ ਕੱਲ ਹਰ ਚੀਜ਼ ਨੂੰ ਅਸੀਂ ਕਿੱਦਾਂ ਵੇਖਦੇ ਪਿਆ ਪ੍ਰਾਈਸ ਦੇ ਉੱਤੇ ਪੀ ਹਰ ਚੀਜ਼ ਨੂੰ ਜਦੋਂ ਵੇਖਣਾ ਹੈ ਉਹਦਾ ਉਹਦੀ ਵੈਲਿਊ ਸਾਡੀ ਚੀਜ਼ ਦੀ ਕੀ ਹੈ ਅਸੀਂ ਉਹਦੀ ਮਨੀ ਵੈਲਿਊ ਵੇਖਦੇ ਪੈ ਹਾਂ ਪੀ ਇਹ ਮਹਿੰਗੀ ਹੈ ਹੋਵੇ ਭਾਵੇਂ ਬਿਲਕੁਲ ਨਿਕੰਮੀ ਜਦੋਂ ਸਾਨੂੰ ਸਿਖਾਇਆ ਹੀ ਇਹ ਦਿਆ ਰਿਹਾ ਹੈ ਹਰ ਚੀਜ਼ ਦੀ ਮਨੀ ਵੈਲਿਊ ਵੇਖੋ ਫਿਰ ਇਹ ਵੇਖੋ ਕਿ ਕਿੰਨੀ ਵੱਡੀ ਵੈਲਿਊ ਵਾਲੀ ਚੀਜ਼ ਤੁਹਾਡੇ ਕੋਲ ਹੈ ਜਦੋਂ ਹਿਊਮਨ ਸਿਰਫ ਇੱਕ ਕਸਟਮਰ ਬਣ ਕੇ ਜੀਣਾ ਚਾਹੁੰਦਾ ਹੈ ਫਿਰ ਇਹ ਆਸ ਨਹੀਂ ਲਗਾਈ ਜਾ ਸਕਦੀ ਕਿ ਉਹਨਾਂ ਘਰਾਂ ਦੇ ਵਿੱਚ 휴ਮੈਨਿਟੀ ਜਾਂ ਸੋਸਾਇਟੀ ਦੇ ਵਿੱਚ 휴ਮੈਨਿਟੀ ਜਨਮ ਲੈਂਦੀ ਹੈ ਫਿਰ ਗ્રાਹਕ ਹੀ ਪੈਦਾ ਹੁੰਦੇ ਨੇ ਔਰ ਇਹੀ ਕੁਝ ਚੱਲਦਾ ਜਾ ਰਿਹਾ ਅਸੀਂ ਕਈ ਵਾਰ ਇਸ ਵਿਚਾਰ ਨੂੰ ਕਰਦੇ ਹੁੰਨੇ ਸਮਝ ਲਓ ਹੁਣ ਉੱਥੇ ਜਦੋਂ ਕਸਟਮਰ ਹੋ ਗਏ ਹਾਂ ਅਸੀਂ ਇਸ ਸੋਸਾਇਟੀ ਦੇ ਵਿੱਚ ਤੇ ਫਿਰ ਉੱਥੇ ਇਹੀ ਤੀਜੇ ਵੇਖੀ ਜਾਵੇਗੀ ਕਿ ਆਹ ਕਸਟਮਰ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਕਮਾਉਂਦਾ ਹੈ ਸਭ ਤੋਂ ਜ਼ਿਆਦਾ ਉਡਾਉਂਦਾ ਵੀ ਹੈ ਜਦੋਂ ਜਸਟ ਇੱਕ ਕਸਟਮਰ ਹੀ ਹੋ ਗਏ ਬਾਕੀ ਚੀਜ਼ਾਂ ਤਾਂ ਆਪੇ ਪਿੱਛੇ ਹੋ ਗਈਆਂ ਇਹ ਸਾਡੇ ਜੀਵਨ ਦਾ ਜ਼ਰੂਰਤ ਵਾਲੇ ਪਾਸੇ ਦੇ ਉਤੋਂ ਜਦੋਂ ਅਸੀਂ ਬੇਲੋੜੀਆਂ ਚੀਜ਼ਾਂ ਖਰੀਦਣ ਲੱਗ ਪਏ ਔਰ ਵੇਖ ਲਓ ਤੁਸੀਂ ਵਕਰੀਆਂ ਵਕਰੀਆਂ ਥਾਵਾਂ ਦੇ ਉਤੇ ਉਹ ਇਹੀ ਕਹਿ ਰਹੇ ਨੇ ਕਿ ਬੰਦਾ ਬੰਦਾ ਹੀ ਰਵੇ ਤੇ ਵਧੀਆ ਗੱਲ ਹੈ ਜਿੱਦਨ ਬੰਦਾ ਕਸਟਮਰ ਬਣ ਜਾਂਦਾ ਫਿਰ ਬੰਦੇ ਦੇ ਘਰ ਦੇ ਵਿੱਚ ਕਵਾੜ ਦੇ ਢੇਰ ਲੱਗਦੇ ਨੇ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਕਸਟਮਰ ਬਣ ਗਿਆ ਹੈ ਨਾ ਫਿਰ ਬੇਕਾਰ ਚੀਜ਼ਾਂ ਕਿਤੇ ਘਰਾਂ ਨੂੰ ਖੋਲ ਕੇ ਵੇਖੇ ਹਰ ਚੀਜ਼ ਖਰੀਦਣ ਦੀ ਆਦਤ ਹੋ ਗਈ। ਬੰਦੇ ਨੇ ਰੱਖ ਕੀ ਲਿਆ ਆਪਣੇ ਆਪ ਨੂੰ। ਬੰਦੇ ਨੇ ਘਰ ਦਾ ਨਾਮ ਰੱਖ ਲਿਆ ਹੈ ਮਨੀ ਵੈਲਿਊ। ਵੀ ਇਹਦੇ ਵਿੱਚ ਆ ਚੀਜ਼ ਇੰਨੀ ਮਹਿੰਗੀ ਹੈ। ਇਹਦੇ ਵਿੱਚ ਆ ਚੀਜ਼ ਇੰਨੀ ਕੀਮਤੀ ਹੈ ਤੇ ਇਥੋਂ ਇਥੋਂ ਲੈ ਕੇ ਆਏ। ਕਬੀਰ ਸਾਹਿਬ ਕਹਿੰਦੇ ਇਸ ਸਾਰੇ ਦੇ ਨਾਲੋਂ ਉਸ ਘਰ ਦੀ ਜਿਹਦੇ ਘਰ ਦੇ ਵਿੱਚ ਸੁੱਖ ਸਹੂਲਤਾਂ ਪੂਰੀਆਂ ਨਾ ਵੀ ਹੋਣ। ਉਹ ਘਰ ਕਿਤੇ ਜ਼ਿਆਦਾ ਚੰਗਾ ਹੈ। ਮੈਂ ਦੁਹਰਾ ਦੇਵਾਂ ਇਸ ਗੱਲ ਨੂੰ। ਮਤਾਂ ਕਿਤੇ ਇਹ ਖਿਆਲ ਆ ਜਾਂਦਾ ਵੀ ਸਾਡੇ ਘਰ ਨਹੀਂ ਸੋਨੇ ਹੋਣੇ ਚਾਹੀਦੇ ਅਸੀਂ ਕਈ ਵਾਰ ਗੱਲ ਆਖਦੇ ਹੁੰਨੇ ਆ ਨਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਆਖੇ ਨੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾ ਸਾਡੇ ਘਰ ਮੋਤੀਆਂ ਦੇ ਹੋ ਜਾਣ ਇੰਨੀਆਂ ਨੀਆਂ ਕੀਮਤੀ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਹੁਣ ਕੋਈ ਰੋਕ ਨਹੀਂ ਲਾਈ ਮਹਾਰਾਜ ਨੇ ਜਿਹੜਾ ਕਮਾਉਣਾ ਹੈ ਉਹ ਘਰ ਦੇ ਵਿੱਚ ਲੱਗ ਜਾਵੇ ਤੇ ਸ਼ੁਕਰ ਹੈ ਕਿਸੇ ਹੋਰ ਪਾਸੇ ਨਾ ਲੱਗ ਜਾਵੇ ਵਧੀਆ ਗੱਲ ਹੈ ਘਰ ਸੋਹਣਾ ਹੋਵੇ ਸਕੂਨ ਵਾਲਾ ਹੋਵੇ ਪਰ ਨਾਲ ਮਹਾਰਾਜ ਨੇ ਇਹ ਜ਼ਰੂਰ ਆਖਿਆ ਹੈ ਜਿੱਦਣ ਇਹਨਾਂ ਘਰਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਬੰਦ ਹੋ ਜਾਂਦੇ ਨੇ ਨਾ ਉਦੋਂ ਉੱਥੇ ਰਹਿਣ ਵਾਲੇ ਉਹਨਾਂ ਚੀਜ਼ਾਂ ਦੇ ਕੈਦੀ ਬਣ ਕੇ ਰਹਿ ਜਾਂਦੇ ਔਰ ਫਿਰ ਉਹਨਾਂ ਚੀਜ਼ਾਂ ਦੇ ਦਿਵਾਲੇ ਜਿੱਦਾਂ ਵਿਚਾਰਵਾਨ ਕਹਿੰਦੇ ਹੁੰਦੇ ਨੇ ਕਿ ਕੰਜੂਸ ਸਿਰਫ ਮਾਇਆ ਦੀ ਰਾਖੀ ਕਰਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੂਜੇ ਬੰਦੇ ਹੁੰਦੇ ਵੇਖਣ ਨੂੰ ਇਹ ਸਿਰਫ ਇੱਕ ਨਾਮ ਦੀ ਅਮੀਰੀ ਹੈ ਨਾਮ ਦੀਆਂ ਵੱਡੀਆਂ ਵੱਡੀਆਂ ਥਾਵਾਂ ਨੇ ਜਿੱਥੇ ਆਮ ਬੰਦੇ ਦਾ ਫਿਰਨਾ ਆਮ ਬੰਦੇ ਦੇ ਜੀਵਨ ਦੇ ਵਿੱਚ ਉਹ ਗੱਲਾਂ ਮੁੱਕ ਜਾਂਦੀਆਂ ਨੇ ਇਹਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਮਹਾਰਾਜ ਨੇ ਇਹ ਨਹੀਂ ਸੀ ਆਖਿਆ ਕਿ ਸਾਡੇ ਕੋਲ ਕੁਝ ਹੋਣਾ ਨਹੀਂ ਚਾਹੀਦਾ ਮੈਂ ਤੇ ਕਈ ਵਾਰ ਉਦਾਹਰਨ ਆਖਦਾ ਹੁੰਨਾ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਪਾਈ ਮੱਖਣ ਸ਼ਾ ਲੁਬਾਣਾ ਦੀ ਆਏ ਸੀ ਲਗਭਗ 700 ਦੇ ਕਰੀਬ ਉਹਦੇ ਕੋਲ ਫੌਜ ਸੀ ਉਸ ਵੇਲੇ ਤੁਸੀਂ ਅੱਜ ਵੇਖੋ ਹਾਂ ਕਿ ਜਿਹੜੇ ਬੰਦੇ ਦੇ ਕੋਲ 700 ਦੇ ਕਰੀਬ ਉਹਦੀ ਸਿਕਿਉਰਿਟੀ ਦੇ ਵਿੱਚ ਬੰਦਾ ਲੱਗਾ ਹੋਵੇ ਤੇ ਉਸ ਬੰਦੇ ਦਾ ਰੁਤਬਾ ਕੀ ਹੋਵੇਗਾ ਜਿਹੜੇ ਬੰਦੇ ਦੀ ਸਿਕਿਉਰਿਟੀ 700 ਬੰਦਾ ਉਹਦੇ ਨਾਲ ਚੱਲਦਾ ਪਿਆ ਹੈ ਹਰ ਵੇਲੇ ਉਸ ਬੰਦੇ ਦਾ ਇਸ ਵੇਲੇ ਰਤਬਾ ਕੀ ਹੈ ਘਟੋ ਘਟ ਉਹ ਬੰਦਾ ਸੀਐਮ ਹੁੰਦਾ ਸਟੇਟ ਦਾ ਘਟੋ ਘਟ ਤੇ ਉਸ ਵੇਲੇ ਭਾਈ ਮੱਖਣਸ਼ਾਹ ਲੁਬਾਣੇ ਦੀ ਕੀ ਵੈਲਿਊ ਹੋਵੇਗੀ ਕਿੰਨਾ ਉਹਦੇ ਕੋਲ ਹੋਵੇਗਾ ਜਿਹਦਾ ਉਸ ਵੇਲੇ ਜਹਾਜ਼ਾਂ ਦਾ ਕਾਰੋਬਾਰ ਚੱਲਦਾ ਮਹਾਰਾਜ ਨੇ ਰੋਕਿਆ ਥੋੜਾ ਜਿਹੀ ਵੀ ਹੋਣਾ ਨਹੀਂ ਚਾਹੀਦਾ ਕੁਝ ਪਰ ਹੁਣਾਂ ਇਹ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਦਾ ਕਰ ਹੈ ਇਸ ਸਿੱਖ ਦੇ ਘਰ ਦੇ ਵਿੱਚੋਂ ਦੋ ਚੀਜ਼ਾਂ ਹਮੇਸ਼ਾ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਇੱਕ ਭਜਨ ਤੇ ਇੱਕ ਭੋਜਨ ਨਾ ਲੰਗਰ ਵਾਲੇ ਪਾਸੇ ਦੇ ਉੱਤੇ ਸਿੱਖ ਦੇ ਘਰ ਦੇ ਵਿੱਚ ਟੋਟ ਆਉਣੀ ਚਾਹੀਦੀ ਹੈ ਤੇ ਨਾ ਸਿੱਖ ਦੇ ਘਰ ਦੇ ਵਿੱਚ ਬਾਣੀ ਵਾਲੇ ਪਾਸੇ ਤੋਂ ਟੋਟ ਆਉਣੀ ਚਾਹੀਦੀ ਹੈ ਇਹ ਨਹੀਂ ਵੀ ਕੱਲੀ ਬਾਣੀ ਪੜੀ ਜਾਓ ਤੇ ਲੰਗਰ ਵਰਤਾਉ ਹੀ ਨਾ ਕਿਸੇ ਨੂੰ ਤੇ ਲੰਗਰ ਵਰਤਾਉਣ ਦਾ ਮਤਲਬ ਇਹ ਵੀ ਨਹੀਂ ਵੀ ਐਵੇਂ ਉਡਾਈ ਜਾਓ ਮਹਾਰਾਜ ਗੁਰੂ ਨਾਨਕ ਦਾਸ ਸਾਹਿਬ ਨੇ ਸਿੱਖਾਂ ਨੂੰ ਆਖਿਆ ਸੀ ਹਜ਼ੂਰ ਨੇ ਆਖਿਆ ਭਾਈ ਜੇਕਰ ਕੱਲੇ ਜੇ ਕੱਲੇ ਕਿਸੇ ਦੀ ਮਦਦ ਕਰ ਸਕਦੇ ਜੇ ਕੱਲੇ ਮਦਦ ਕਰ ਦੋ ਜੇ ਤੁਹਾਨੂੰ ਲੱਗਦਾ ਵੀ ਕਿਸੇ ਸਿੱਖ ਦਾ ਕੰਮ ਜਾਦਾ ਅੜ ਗਿਆ ਹੈ ਕੱਲੇ ਤੁਸੀਂ ਨਹੀਂ ਹੈਲਪ ਕਰ ਸਕਦੇ ਫਿਰ ਸਾਰੇ ਜਾਣੇ ਮਿਲ ਕੇ ਉਹਦੀ ਮਦਦ ਕਰ ਦੋ ਤਾਂ ਮਹਾਰਾਜ ਨੇ ਇੱਕ ਥਾਂ ਦੇ ਉੱਤੇ ਹੋਰ ਸਿੱਖਾਂ ਨੂੰ ਆਖਿਆ ਵੀ ਭਾਈ ਜੇ ਰੋਜ਼ ਵੰਡ ਸਕਦੇ ਜੇ ਤੇ ਵਾਹ ਪਲੀ ਗੱਲ ਹੈ ਨਹੀਂ ਤੇ ਮਹੀਨੇ ਬਾਅਦ ਵੰਡੋ ਜੇ ਮਹੀਨੇ ਬਾਅਦ ਨਹੀਂ ਵੰਡ ਸਕਦੇ ਛੇ ਮਹੀਨਿਆਂ ਬਾਅਦ ਵੰਡ ਲਓ ਜੇ ਛੇ ਮਹੀਨਿਆਂ ਬਾਅਦ ਨਹੀਂ ਵੰਡ ਸਕਦੇ ਸਾਲ ਬਾਅਦ ਵੰਡ ਲਓ ਪਰ ਤੁਹਾਡੇ ਘਰਾਂ ਦੇ ਵਿੱਚੋਂ ਇਹ ਆਦਤ ਨਹੀਂ ਖਤਮ ਹੋਣੀ ਚਾਹੀਦੀ ਪੀ ਜੋ ਤੁਹਾਨੂੰ ਮਾਲਕ ਨੇ ਦਿੱਤਾ ਹੈ ਇਹਨੂੰ ਵੰਡ ਕੇ ਛਕਣਾ ਹੈ ਇਹ ਆਦਤ ਨਹੀਂ ਜਾਣੀ ਚਾਹੀਦੀ ਤੁਹਾਡਿਆਂ ਘਰਾਂ ਦੇ ਵਿੱਚੋਂ ਜੇ ਇਹ ਮੁੱਕ ਗਈ ਉਹਦਣ ਬੰਦੇ ਦੇ ਹੱਥ ਤੰਗ ਹੋ ਜਾਂਦੇ ਨੇ ਔਰ ਇਹੀ ਫਰਕ ਹੈ ਸਾਨੂੰ ਸ਼ਾਇਦ ਇਹ ਚੀਜ਼ ਸਿਖਾਈ ਨਹੀਂ ਜਾਂਦੀ ਪਰ ਮਾਲਕ ਨੇ ਕਿਰਪਾ ਕੀਤੀ ਕਿ ਸਾਡਿਆਂ ਘਰਾਂ ਦੇ ਮਾਹੌਲ ਦੇ ਵਿੱਚ ਹੈ ਇੱਥੇ ਛੋਟੀ ਜੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਲੋਕੀ ਰਸਦਾਂ ਲੈ ਕੇ ਇਕੱਠੀਆਂ ਕਰਨ ਲੱਗ ਪੈਂਦੇ ਨੇ ਉਸੇ ਵੇਲੇ ਲੋਕੀ ਚੀਜ਼ਾਂ ਇਕੱਠੀਆਂ ਕਰਨ ਲੱਗ ਪੈਂਦੇ ਨੇ ਕਿਉਂ ਕਰਨ ਲੱਗ ਪੈਂਦੇ ਨੇ ਸਿਰਫ ਇਸ ਕਰਕੇ ਕਿ ਮਾਲਕ ਨੇ ਦਾਤ ਦਿੱਤੀ ਕਿ ਸਾਡੇ ਘਰ ਇਦਾਂ ਦੇ ਨਹੀਂ ਹੋਣੇ ਚਾਹੀਦੇ ਕਿ ਘਰ ਤੇ ਵੱਡੇ ਹੋ ਗਏ ਤਾਂ ਘਰ ਵਿੱਚ ਰਹਿਣ ਵਾਲੇ ਇੰਨੇ ਛੋਟੇ ਹੋ ਗਏ ਕਿ ਹੁਣ ਉਹਨਾਂ ਨੂੰ ਲੱਗਦਾ ਕਿ ਵੰਡਾਂਗੇ ਤੇ ਮੁੱਕ ਜਾਵੇਗਾ ਹੁਣ ਉਹਨਾਂ ਨੂੰ ਲੱਗਦਾ ਕਿ ਕੀ ਫਾਇਦਾ ਵੰਡਣ ਦਾ ਸਾਰਾ ਕੁਝ ਤੇ ਮਿਲ ਗਿਆ ਕਿ ਪਹਿਲਾਂ ਕਿਤੇ ਇਸ ਕਰਕੇ ਵੰਡਦਾ ਹੋਵੇ ਕਿ ਮੈਂ ਵੰਡਾਂਗਾ ਤੇ ਮੈਨੂੰ ਵੱਧ ਮਿਲੇਗਾ ਹੁਣ ਵੱਧ ਮਿਲ ਗਿਆ ਤੇ ਵੰਡਣਾ ਬੰਦ ਕਰ ਦਿੱਤਾ ਉਹਨੇ ਵੰਡਣ ਦਾ ਮਤਲਬ ਲੁਟਾਉਣਾ ਵੀ ਨਹੀਂ ਹੁੰਦਾ ਪਰ ਪਾਤਸ਼ਾਹ ਨੇ ਇਹ ਗੱਲ ਜ਼ਰੂਰ ਆਖੀ ਹਜ਼ੂਰ ਨੇ ਆਖਿਆ ਜੇਕਰ ਘਰ ਦੇ ਵਿੱਚ ਨਾ ਕਿਸੇ ਨੂੰ ਕੁਝ ਵੰਡਿਆ ਜਾ ਰਿਹਾ ਹੈ ਨਾ ਕਿਤੇ ਕੋਈ ਬੰਦਗੀ ਦੀ ਗੱਲ ਹੈ ਤੇ ਮਤਾਂ ਕਿਤੇ ਸੋਚਿਓ ਵੀ ਉਹ ਘਰ ਜਿਹੜਾ ਹੈ ਉਹ ਬੜਾ ਸੋਹਣਾ ਹੋਵੇਗਾ ਉਹਦੇ ਨਾਲੋਂ ਝੁੱਗੀ ਕਿਤੇ ਚੰਗੀ ਹੈ ਜਿੱਥੇ ਕਿਤੇ ਰੱਬ ਦੀ ਗੱਲ ਕੀਤੀ ਜਾ ਰਹੀ ਹੈ ਭਾਈ ਤਾਰੂ ਸਿੰਘ ਵਰਗੇ ਭਾਈ ਤਾਰਾ ਸਿੰਘ ਭਾਈ ਤਾਰਾ ਸਿੰਘ ਵਾਂ ਉਹਨਾਂ ਦੇ ਇਦਾਂ ਦਾ ਮਾਹੌਲ ਹੁੰਦਾ ਸੀ ਕਿ ਖੇਤਾਂ ਦੇ ਵਿੱਚ ਇੱਕ ਸਪੈਸ਼ਲ ਜਗ੍ਹਾ ਉਹਨਾਂ ਦੀ ਬਣਾਈ ਹੁੰਦੀ ਸੀ ਹੁਣ ਆਇਆ ਗਿਆ ਜਿਹੜਾ ਵੀ ਬੰਦਾ ਆਵੇ ਜਿੱਦਾਂ ਸਰਦੀਆਂ ਹੋਣੀਆਂ ਤੇ ਸਰਦੀਆਂ ਦੇ ਵਿੱਚ ਉਹ ਕੀ ਕਰਦੇ ਸੀ ਛੋਟਾ ਜਿਹਾ ਜ਼ਮੀਨ ਦੇ ਵਿੱਚ ਇੱਕ ਉਹਨਾਂ ਨੇ ਖੱਡਾ ਬਣਾ ਲੈਣਾ ਤੇ ਉਹਨੂੰ ਜਿਹਨੂੰ ਟੋਆ ਕਹਿੰਦੇ ਨੇ ਉਹਦੇ ਵਿੱਚ ਇੱਕ ਲੱਕੜ ਪੱਕੀ ਹੀ ਬਲਦੀ ਰਹਿੰਦੀ ਸੀ ਜਦੋਂ ਸਰਦੀਆਂ ਸ਼ੁਰੂ ਹੋ ਜਾਣੀਆਂ ਲੱਕੜ ਬਲਣੀ ਸ਼ੁਰੂ ਹੋ ਜਾਣੀ ਕੋਈ ਦਰਖਤ ਦਾ ਵੱਡਾ ਮੁੱਢ ਕੱਟ ਕੇ ਤੇ ਉਹਦੇ ਵਿੱਚ ਪਾ ਦੇਣਾ ਹੁਣ ਉਹ ਬੁਝਦਾ ਨਹੀਂ ਉਦੇ ਵਿੱਚ ਹੋਰ ਲੱਕੜਾਂ ਆ ਕੇ ਪਾਈ ਜਾਣੀਆਂ ਜਿੰਨਾ ਚਿਰ ਸਰਦੀਆਂ ਰਹਿਣੀਆਂ ਨੇ 6 ਮਹੀਨੇ 4 ਮਹੀਨੇ ਜਿੰਨਾ ਚਿਰ ਸਰਦੀ ਰਹਿਣੀ ਹੈ ਉੱਥੇ ਲੱਕੜ ਧੁਖਦੀ ਹੀ ਰਹਿਣੀ ਹੈ ਉਹਦਾ ਰੀਜ਼ਨ ਇਹ ਦੋ ਹੁੰਦੇ ਸੀ ਇੱਕ ਤੇ ਕੋਈ ਠੰਡ ਦੇ ਵਿੱਚ ਬਾਹਰੋਂ ਆਇਆ ਤੇ ਹੱਥ ਸੇਕ ਲਵੇ ਉਹਨੂੰ ਠੰਡ ਨਾ ਲੱਗੇ ਦੂਜਾ ਇਹ ਸੀ ਵੀ ਰਾਤ ਨੂੰ ਜਿੱਥੇ ਲੰਗਰ ਤਿਆਰ ਹੋਇਆ ਹੈ ਜੇ ਉੱਥੇ ਲੋਹ ਜਿਹੜੇ ਰੱਖੇ ਪਏ ਨੇ ਉਹ ਬੁੱਝ ਵੀ ਗਏ ਨੇ ਤੇ ਸਵੇਰੇ ਉਸੇ ਵੇਲੇ ਇਸ ਮੁੱਢ ਦੇ ਵਿੱਚੋਂ ਅੱਗ ਲੈ ਕੇ ਤੇ ਫਟਾਫਟ ਅੱਗ ਬਾਲ ਕੇ ਤੇ ਪ੍ਰਸ਼ਾਦਾ ਤਿਆਰ ਕਰ ਦਿੱਤਾ ਜਾਂਦਾ ਸੀ ਬਿਲਕੁਲ ਖੁੱਲੇ ਏਰੀਏ ਦੇ ਵਿੱਚ ਪ੍ਰਸ਼ਾਦਾ ਤਿਆਰ ਹੁੰਦਾ ਸੀ ਕੋਈ ਪੱਕਾ ਰਹਿਣ ਦਾ ਟਿਕਾਣਾ ਨਹੀਂ ਮੜਾ ਮੋਟਾ ਜਿਹਾ ਟੈਂਪਰੇਰੀ ਜਿਹਾ ਟਿਕਾਣਾ ਹੈ ਬਸ ਇਹ ਰਹਿ ਗਏ ਤੇ ਵਧੀਆ ਗੱਲ ਉਹ ਮਾਹੌਲ ਨੂੰ ਬਾਬਾ ਕਬੀਰ ਕਹਿੰਦੇ ਨੇ ਵੀ ਘਟੋ ਘਟ ਉਸ ਸਿੱਖ ਦਾ ਘਰ ਗੁਰੂ ਰਾਮਦਾਸ ਹੈ ਮਹਾਰਾਜ ਆਖਦੇ ਉਹਨਾਂ ਦੀ ਸਰਾਮਾਂ ਵੀ ਚੰਗੀਆਂ ਉਹਨਾਂ ਦੇ ਘਰ ਵੀ ਚੰਗੇ ਉਹਨਾਂ ਦੀਆਂ ਗੱਡੀਆਂ ਵੀ ਚੰਗੀਆਂ ਕਿੰਨਾਂ ਦੀਆਂ ਜਿੱਥੋਂ ਘਟੋ ਘਟ ਕਿਸੇ ਦੀ ਮਦਦ ਤੇ ਕੀਤੀ ਜਾਂਦੀ ਹੈ 휴ਮੈਨਿਟੀ ਕੀ ਹੈ ਸਿਰਫ ਮਦਦ ਦਾ ਨਾਮ ਹੈ ਮਤਲਬ ਹੀ ਤੇ ਭਾਈ ਜਦੋਂ ਹੈ ਤੇ ਬੜੀ ਨੀਵੀਂ ਜੀ ਉਦਾਹਰਣ ਹੈ ਅਸੀਂ ਆਪਣੇ ਘਰਾਂ ਚ ਅਕਸਰ ਵੇਖਦੇ ਹੁੰਦੇ ਹਾਂ ਤੁਸੀਂ ਵੀ ਸ਼ਾਇਦ ਇਹਨੂੰ ਕਦੀ ਨੋਟਿਸ ਕੀਤਾ ਹੋਵੇਗਾ ਤੁਸੀਂ ਪਸ਼ੂ ਨੂੰ ਚਾਰਾ ਪਾਉ ਉਹ ਕੀ ਕਰਦਾ ਉਹਨੂੰ ਸਿਰਫ ਆਪਣੇ ਨਾਲ ਮਤਲਬ ਹੁੰਦਾ ਉਤਤਤ ਖੇ ਦੇ ਨਾਲ ਗਲਤੀ ਦੇ ਨਾਲ ਕਿਤੇ ਮੂੰਹ ਮਾਰ ਕੇ ਦੂਜੇ ਪਸ਼ੂ ਵੱਲ ਸੁੱਟ ਦੇਵੇ ਆਪਣਾ ਚਾਰਾ ਤੇ ਉਹ ਉਹਦੀ ਮੂਰਖਤਾ ਹੁੰਦੀ ਹੈ ਨਹੀਂ ਤੇ ਕੀ ਕਰਦਾ ਵੀ ਉਹਦੇ ਵੱਲੋਂ ਵੀ ਖਿੱਚ ਕੇ ਆਪਣੇ ਵੱਲ ਲੈ ਆਵਾਂ ਤੇ ਇਹ ਬੰਦੇ ਦੇ ਅੰਦਰ ਹੀ ਹੁੰਦਾ ਹੈ ਵੀ ਬੰਦਾ ਥੋੜਾ ਜਿਹਾ ਸਮਝਦਾਰ ਹੁੰਦਾ ਤੇ ਆਪਣੇ ਹਿੱਸੇ ਦੀ ਪਈ ਚੀਜ਼ ਉਹ ਕਿਸੇ ਦੂਜੇ ਨੂੰ ਦੇ ਦਿੰਦਾ ਹੈ ਜੇ ਤੁਸੀਂ ਵੇਖਿਆ ਹੋਵੇ ਕਿ ਕਿਤੇ ਪਸ਼ੂ ਬਿਰਤੀ ਦੇ ਵਿੱਚ ਇਹ ਗੱਲ ਆਈ ਹੋਵੇ ਤੇ ਇਸ ਬਿਰਤੀ ਨੂੰ ਪਸ਼ੂ ਬਿਰਤੀ ਆਖਿਆ ਜਾਂਦਾ ਜਿਸ ਚ ਖੋਣ ਦੀ ਆਦਤ ਤੇ ਇੰਨੀ ਹੋਵੇ ਤੇ ਜਿਹਦੇ ਵਿੱਚ ਵੰਡਣ ਦੀ ਆਦਤ ਹੀ ਮੁੱਕ ਜਾਵੇ ਇਦਾਂ ਦਾ ਤੇ ਬਣਾਇਆ ਹੀ ਨਹੀਂ ਸੀ ਸਾਨੂੰ ਪਾਤਸ਼ਾਹ ਨੇ ਮਰਦ ਕਹਿੰਦੇ ਨੇ ਤੁਸੀਂ ਨੀਵੀਂ ਤੋਂ ਨੀਵੀਂ ਥਾਂ ਦੇ ਉੱਤੇ ਵੀ ਰਹਿ ਰਹੇ ਜੇ ਪਰ ਜੇ ਤੁਹਾਡੇ ਅੰਦਰ ਤੇ ਤੁਹਾਡੇ ਘਰ ਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਰੱਬ ਦੀ ਬੰਦਗੀ ਦੀ ਗੱਲ ਕੀਤੀ ਜਾ ਰਹੀ ਆ ਰੱਬ ਦਾ ਸ਼ੁਕਰ ਕਰੋ ਮਾਲਕ ਨੇ ਤੁਹਾਨੂੰ ਉਹਨਾਂ ਘਰਾਂ ਤੋਂ ਬਚਾ ਲਿਆ ਜਿਨ੍ਹਾਂ ਘਰਾਂ ਦੇ ਵਿੱਚ ਅੰਦਰ ਸਿਰਫ ਇੱਕ ਅੱਗ ਧੁਖਦੀ ਪਈ ਹੈ ਆਪਾਂ ਇੱਕ ਬਚਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਹੀ ਵਿਚਾਰ ਲਈਏ ਤੇ ਇਹ ਗੱਲ ਸਾਡੇ ਹੋਰ ਨੇੜੇ ਹੋ ਜਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਕੁਝ ਲਫ਼ਜ਼ ਇੰਨੇ ਮਹਿੰਗੇ ਨੇ ਔਰ ਇੰਨੇ ਗਹਿਰੇ ਨੇ ਕਿ ਇੱਕ ਲਫ਼ਜ਼ ਹੀ ਅਸੀਂ ਸਮਝ ਲਓ ਭੀ ਕਮਾਲੀਏ ਤੇ ਸਾਡੇ ਘਰਾਂ ਦਾ ਮਾਹੌਲ ਬਦਲ ਜਾਂਦਾ ਬੰਦਾ ਸਮਸ਼ਾਨ ਘਾਟ ਦੇ ਅੱਗੋਂ ਦੀ ਨਹੀਂ ਨਿਕਲਦਾ ਕਦੀ ਵਹਿਮੀ ਬੰਦਾ ਤੇ ਖਾਸ ਕਰਕੇ ਉਹਨੂੰ ਡਰ ਲੱਗ ਜਾਂਦਾ ਵੀ ਇੱਥੋਂ ਦੀ ਮੈਂ ਨਿਕਲਿਆ ਤੇ ਕਿਤੇ ਜਿਹੜੇ ਅੰਦਰ ਭੂਤ ਰਹਿੰਦੇ ਨੇ ਕਿਤੇ ਉਹ ਹੀ ਨਾ ਚੰਬੜ ਜਾਣ ਮਨ ਨੂੰ ਕਿਤੇ ਕਿੱਥੇ ਭੂਤ ਰਹਿੰਦੇ ਨੇ ਜਿਆਦਾ ਉਹਨਾਂ ਸੋਚਣਾ ਵੀ ਜਿੰਨੇ ਮਰਦੇ ਨੇ ਸਾਰੇ ਭੂਤ ਹੀ ਬਣਦੇ ਨੇ ਤੇ ਇਸ ਕਰਕੇ ਉਹਨੂੰ ਡਰ ਹੁੰਦਾ ਵੀ ਕਿਤੇ ਇਹ ਨਾ ਚੰਬੜ ਜਾਣ ਨਹੀਂ ਤੇ ਚੰਬੜਦਾ ਬੰਦਾ ਨਹੀਂ ਤੇ ਨਿਕਲਦਾ ਉਹਦੇ ਅੱਗੋਂ ਦੀ ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਤੁਹਾਨੂੰ ਇਹੋ ਜੇ ਘਰ ਵਿਖਾ ਦਿੰਨਾ ਹਾਂ ਤੁਸੀਂ ਤੇ ਸਮਸ਼ਾਨ ਘਾਟ ਜਾਣ ਤੋਂ ਡਰਦੇ ਜੇ ਕਿਤੇ ਮੈਂ ਇਹੋ ਜੇ ਘਰ ਵੀ ਵੇਖਿਓਏ ਨੇ ਮਾਫੀ ਮੰਗ ਕੇ ਲਫ਼ਜ਼ ਵਰਤਦਾ ਪਿਆਹ ਕਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਬੰਦੇ ਭੂਤ ਰਹ ਰਹੇ ਨੇ ਸਮਸ਼ਾਨ ਘਟ ਨਹੀਂ ਹੈ ਘਰ ਹੈ ਪਰ ਭੂਤ ਰਹ ਰਹੇ ਨੇ ਉੱਥੇ ਤੇ ਕਬੀਰ ਸਾਹਿਬ ਨੂੰ ਸਵਾਲ ਕੀਤਾ ਕਿ ਕਬੀਰ ਸਾਹਿਬ ਉਹ ਕਿਹੜੇ ਘਰ ਨੇ ਕਹਿੰਦੇ ਇੱਕ ਤੇ ਉਹ ਘਰ ਨੇ ਜਿਨ੍ਹਾਂ ਘਰਾਂ ਦੇ ਵਿੱਚ ਰੱਬ ਦੇ ਪਿਆਰੇ ਦੀ ਆਏ ਗਏ ਸਾਧੂ ਸੰਤ ਦੀ ਆਏ ਗਏ ਕਿਸੇ ਬੰਦੇ ਦੀ ਪੁਛ ਨਹੀਂ ਹੁੰਦੀ ਆਏ ਗਏ ਬੰਦੇ ਨੂੰ ਕੁਝ ਪੁੱਛਿਆ ਹੀ ਨਹੀਂ ਜਾਂਦਾ ਕਿ ਘਰ ਦੇ ਵਿੱਚ ਕੱਖ ਹੈ ਹੀ ਨਹੀਂ ਜਿਨ੍ਹਾਂ ਦੇ ਹੈ ਨਹੀਂ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਕੋਲ ਵੰਡਣ ਨੂੰ ਕੁਝ ਨਹੀਂ ਜਿਨ੍ਹਾਂ ਦੇ ਕੋਲ ਵੰਡਣ ਲਈ ਦੇਲ ਹੀ ਨਹੀਂ ਹੈਗਾ ਮਹਾਰਾਜ ਉਥੇ ਬਚਨ ਆਇਆ ਹੈ ਕਬੀਰ ਸਾਹਿਬ ਜੀ ਦਾ ਅਸੀਂ ਸ਼ਲੋਕਾਂ ਚ ਅੱਗੇ ਵੀ ਵਿਚਾਰਾਂਗੇ ਕਬੀਰ ਜਾ ਕਰ ਸਾਧਨਾ ਸੇਵੀ ਹੈ ਜਿਸ ਘਰ ਦੇ ਵਿੱਚ ਸਾਧੂ ਦੀ ਸੇਵਾ ਨਹੀਂ ਹੁੰਦੀ ਉਹਨੂੰ ਮਹਾਰਾਜ ਇਹੋ ਹੀ ਕਹਿਣਗੇ ਕਿ ਭਾਈ ਵਸਦੇ ਰਹੋ ਤੁਸੀਂ ਟੱਕੇ ਹੀ ਚੰਗੇ ਔਰ ਵਾਕਿਆ ਹੀ ਉਹ ਇੰਨੇ ਟੱਕੇ ਚੰਗੇ ਨੇ ਵੀ ਨਾ ਹੀ ਜਾਣ ਕਿਸੇ ਪਾਸੇ ਕਬੀਰ ਜਾ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੀ ਤੇ ਕਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹ ਕਹਿੰਦੇ ਉਹ ਘਰ ਕੀ ਨੇ ਸਿਰਫ ਸਮਸ਼ਾਨ ਘਾਟਵਾ ਵਰਗੇ ਨੇ ਤੇ ਉਹਨਾਂ ਦੇ ਕੋਲ ਉੱਥੇ ਰਹਿਣ ਵਾਲੇ ਲੋਕ ਕੀ ਨੇ ਕਹਿੰਦੇ ਬਸ ਭੂਤ ਵਸਦੇ ਨੇ ਭੀ ਭੂਤ ਕਿਉਂ ਆਖ ਦਿੱਤਾ ਭੂਤ ਇਸ ਕਰਕੇ ਆਖਿਆ ਭੀ ਭੂਤ ਸਿਰਫ ਡਰਾਉਣ ਦਾ ਕੰਮ ਕਰਦੇ ਹੁੰਦੇ ਸਵਾਰਦੇ ਕਿਸੇ ਦਾ ਕੁਝ ਨਹੀਂ ਤੇ ਜਿਹੜੇ ਵੱਡੇ ਵੱਡੇ ਲੋਕ ਹੋ ਗਏ ਜਾਂ ਛੋਟੇ ਵੀ ਜਿੱਦਾਂ ਦੇ ਵੀ ਹੋਣ ਜਿਹੜੇ ਸਿਰਫ ਲੋਕੋ ਨੇ ਦਬਕੇ ਹੀ ਮਾਰੀ ਜਾਂਦੇ ਨੇ ਤੇ ਕਿਤੇ ਉਹਨਾਂ ਦੇ ਘਰੋਂ ਕੋਈ ਰੋਟੀ ਮੰਗ ਲਵੇ ਤੇ ਉਹਨਾਂ ਨੂੰ ਰੋਟੀ ਨਹੀਂ ਦੇਣੀ ਤੇ ਕਬੀਰ ਸਾਹਿਬ ਕਹਿੰਦੇ ਇਹ ਕੌਣ ਨੇ ਇਹ ਵੀ ਤੇ ਉਹੀ ਨੇ ਭੂਤ ਬਸੈ ਤੇ ਨਮਾਹੇ ਵੱਡਿਆਂ ਵੱਡਿਆਂ ਘਰਾਂ ਦੇ ਵਿੱਚ ਸਮਝ ਲਓ ਕੌਣ ਰਹਿ ਰਹੇ ਨੇ ਹੋ ਸਕਦਾ ਹੈ ਵੀ ਉਹਨਾਂ ਦੇ ਅੰਦਰੋਂ ਇਹ ਭਾਵਨਾ ਹੀ ਖਤਮ ਕਰ ਦਿੱਤੀ ਗਈ ਇਹ ਚੀਜ਼ ਹੀ ਮਾਰ ਦਿੱਤੀ ਗਈ ਦੋ ਚੀਜ਼ਾਂ ਆਪਣਿਆਂ ਘਰਾਂ ਦੇ ਵਿੱਚ ਬਣਾ ਕੇ ਰੱਖਣੀਆਂ ਘਰ ਵੱਡਾ ਹੋਵੇ ਛੋਟਾ ਹੋਵੇ ਕੋਈ ਮੁਸ਼ਕਲ ਨਹੀਂ ਗੁਰੂ ਕਿਰਪਾ ਕਰੇ ਸਮਾ ਬਣੇ ਹਰ ਇੱਕ ਬੰਦੇ ਦੇ ਅੰਦਰ ਇੱਕ ਖਿੱਚ ਹੁੰਦੀ ਆ ਕਿ ਉਹਦਾ ਘਰ ਸੋਹਣਾ ਹੋਵੇ ਸੋਹਣਾ ਹੋਣਾ ਚਾਹੀਦਾ ਹੈ ਪਰ ਘਰ ਦਾ ਮਾਹੌਲ ਉਹਦੇ ਤੋਂ ਵੀ ਸੋਹਣਾ ਹੋਣਾ ਚਾਹੀਦਾ ਹੈ ਇਹ ਘਰ ਬਣਾਇਆ ਫਿਰ ਮੁਬਾਰਕ ਹੈ ਕਬੀਰ ਸਾਹਿਬ ਕਹਿ ਰਹੇ ਨੇ ਨਾ ਕਿ ਭਾਈ ਆਗ ਲੱਗੋ ਤੇ ਧੌਲ ਹਰ ਜਿਹ ਨਾਹੀ ਹਰ ਕੋ ਨਾਉ ਉਹ ਅੱਗ ਅਸਲ ਦੇ ਵਿੱਚ ਇਦਾਂ ਨਹੀਂ ਵੀ ਬਾਬਾ ਕਬੀਰ ਸਾਹਿਬ ਕਣ ਵੀ ਸੜ ਜਾਣ ਵੀ ਬਾਬਾ ਕਬੀਰ ਸਾਹਿਬ ਦੀ ਕੋਈ ਈਰਖਾ ਹੈ ਵੀ ਬਾਬਾ ਕਬੀਰ ਸਾਹਿਬ ਕਹੀ ਜਾ ਰਹੇ ਨੇ ਵੀ ਇਹਦਾ ਘਰ ਵੀ ਸੜ ਜਾਵੇ ਤੇ ਉਹਦਾ ਘਰ ਵੀ ਸੜ ਜਾਵੇ ਉਦੋਂ ਕਈਆਂ ਕਿਸੇ ਨੂੰ ਪੀਦਾ ਹੋ ਜਾਵੇ ਕਬੀਰ ਸਾਹਿਬ ਨੇ ਅਸਲੀਅਤ ਵੇਖੀ ਹੈ ਉਹ ਕਹਿੰਦੇ ਮੈਂ ਇਨਾ ਘਰ ਦੇ ਵਿੱਚ ਬੰਦਿਆਂ ਦੇ ਅੰਦਰ ਇੱਕ ਤੁਖ ਦੀ ਅੱਗ ਵੇਗਦਾ ਉਹ ਬਾਹਰ ਨਹੀਂ ਅੱਗ ਲੱਗੀ ਹੋਈ ਉਹ ਅਸਲ ਚ ਅੰਦਰ ਅੱਗ ਲੱਗੀ ਹੋਈ ਹੈ ਉਹ ਇੱਕ ਜਾਣਾ ਜਿਹੜਾ ਦੂਜੇ ਦੇ ਲਾਗੇ ਬੈਠਦਾ ਉਹਨੂੰ ਸਾੜ ਕੇ ਤੇ ਸੁਆਹ ਕਰਕੇ ਰੱਖ ਦਿੰਦਾ ਔਰ ਹਾਲਾਤ ਇਦਾਂ ਦੇ ਨੇ ਗੁਰੂ ਬਖਸ਼ ਲਵੇ ਜਿੰਨੇ ਜਿੰਨੇ ਆਪਾਂ ਜਦੋਂ ਪਹਿਲਾਂ ਗੱਲ ਕੀਤੀ ਨਾ ਵੀ ਜਿੰਨੇ ਜਿੰਨੇ ਕਮਰੇ ਬਣ ਗਏ ਉਹਨੇ ਉਹਨੇ ਕਰਦੇ ਮੈਂਬਰ ਕਰਦੇ ਹੋ ਤੁਸੀਂ ਦੂਰ ਹੋ ਗਏ ਹੁਣ ਬਾਹਰ ਉਹ ਉਹੀ ਬੰਦਾ ਹੈ ਵੀ ਉਹਨੀਆਂ ਗੱਲਾਂ ਕਰਦਿਆਂ ਨੂੰ ਨਹੀਂ ਦੱਸਦਾ ਪਿਆ ਜਿੰਨੀਆਂ ਬਾਹਰ ਦੇ ਨੂੰ ਦਸੀ ਜਾਂਦਾ ਵੀ ਕਿਉਂ ਦਸੀ ਜਾਂਦਾ ਕਿਉਂਕਿ ਕਰਦਾ ਮਾਹੌਲ ਨਹੀਂ ਹੈਗਾ ਦੱਸਣ ਵਾਲਾ ਇਹ ਬਣਾਇਆ ਹੀ ਨਹੀਂ ਕਰਦਾ ਮਾਹੌਲ ਜੇ ਬਣਾਇਆ ਹੁੰਦਾ ਤਾਂ ਘਟੋ ਘਟ ਪਹਿਲਾਂ ਗੱਲ ਕਰ ਕਰ ਲੈਂਦਾ ਹਜ਼ੂਰ ਕਹਿ ਰਹੇ ਨੇ ਆਗ ਲੱਗੋ ਤਿਹ ਧੌਲ ਹਰ ਅੰਦਰੋਂ ਤੁਖਦੇ ਜੇ ਪਏ ਨੇ ਬੰਦੇ ਪੀ ਅਜੇ ਪ੍ਰਤੱਖ ਤੌਰ ਦੇ ਉਤੇ ਅੱਗ ਸਾਹਮਣੇ ਨਹੀਂ ਆਉਂਦੀ ਵਾਹਿਗੁਰੂ ਕਿਰਪਾ ਕਰੇ ਕਈਆਂ ਘਰਾਂ ਦੇ ਵਿੱਚ ਝਗੜੇ ਹੋ ਜਾਂਦੇ ਨੇ ਸਾਹਮਣੇ ਆ ਜਾਂਦਾ ਸਾਰਾ ਕੁਝ ਪੀ ਉਹਦੇ ਘਰ 'ਚ ਲੜਾਈ ਹੋਈ ਉਹਨੇ ਐਦਾਂ ਬੋਲਿਆ ਆਹ ਬੋਲਿਆ ਉਹਦਾ ਸਾਹਮਣੇ ਆ ਜਾਂਦਾ ਵਿਚਾਰਿਆਂ ਦਾ ਤੇ ਜਿਹੜੀ ਅੰਦਰ ਅੰਦਰ ਇੱਕ ਦੂਸਰੇ ਦੇ ਪ੍ਰਤੀ ਈਰਖਾ ਨਫ਼ਰਤ ਸਾੜਾ ਘਰ ਦੇ ਮੈਂਬਰਾਂ ਦਾ ਹੀ ਆਪਸ ਦੇ ਵਿੱਚ ਬਾਹਰ ਦੇ ਦੀ ਤਾਂ ਗੱਲ ਅਜੇ ਨਹੀਂ ਘਰ ਦੇ ਮੈਂਬਰਾਂ ਦੀ ਆਪਸ ਦੇ ਵਿੱਚ ਜਿਹੜੀ ਇੱਕ ਦੂਸਰੇ ਦੇ ਪ੍ਰਤੀ ਖਿੱਚ ਖਿੱਚੋ ਤਾਣ ਚੱਲਦੀ ਪਈ ਹੈ ਕਬੀਰ ਸਾਹਿਬ ਕਹਿੰਦੇ ਇਹ ਕੀ ਹੈ ਵੇਖਣ ਨੂੰ ਤੇ ਬੜੇ ਸੋਹਣੇ ਘਰ ਦੇ ਵਿੱਚ ਰਹ ਰਹੇ ਨੇ ਪਰ ਇਹ ਸਿਰਫ ਅੰਦਰ ਇੱਕ ਅੱਗ ਹੈ ਇਹ ਜਿੱਦਣ ਇਹਨੂੰ ਥੋੜੀ ਜੀ ਹਵਾ ਮਿਲ ਗਈ ਇਹਨੇ ਬੜ ਪੈਣਾ ਤੇ ਜਦੋਂ ਉਹ ਫਿਰ ਵੱਢਦੀ ਹੈ ਵੇਖ ਲੋ ਕਿੱਥੇ ਕਿੱਥੇ ਚਲੀ ਜਾਂਦੀ ਹੈ ਕੀ ਕੀ ਹਾਲਾਤ ਕਰਕੇ ਰੱਖ ਦਿੰਦੀ ਹੈ ਔਰ ਕੋਈ ਨਹੀਂ ਘਰਾਂ ਦੀਆਂ ਲੜਾਈਆਂ ਬਾਹਰ ਲੈ ਕੇ ਜਾਂਦਾ ਸਾਰੇ ਆਪ ਹੀ ਸ਼ੁਰੂ ਕਰਦੇ ਨੇ ਤੇ ਬਾਹਰ ਚੱਲੀਆਂ ਜਾਂਦੀਆਂ ਨੇ ਉਹ ਕਿੱਥੋਂ ਗੱਲ ਸ਼ੁਰੂ ਹੋਈ ਸੀ ਛੋਟੀ ਜੀ ਅੱਗ ਤੋਂ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰਦੇ ਹਾਂ ਮੈਂ ਸ਼ਾਇਦ ਪਹਿਲਾਂ ਵੀ ਆਪ ਦੀਦੇ ਨਾਲ ਇਹ ਗੱਲ ਸਾਂਝੀ ਕੀਤੀ ਹੋਵੇ ਖਾਸ ਕਰਕੇ ਸਾਡੇ ਬੱਚਿਆਂ ਦਾ ਇਸ ਪਾਸੇ ਦੇ ਉਤੇ ਧਿਆਨ ਦਿਵਾਉਣਾ ਚਾਹੀਦਾ ਜਦੋਂ ਵੀ ਲੰਗਰ ਹੋਵੇ ਬੱਚਿਆਂ ਨੂੰ ਲੰਗਰ ਵਰਤਾਉਣ ਦੇ ਲਈ ਆਖਿਆ ਕਰੋ ਉਹਦਾ ਕਾਰਨ ਇਹ ਹੈ ਆਦਤ ਪੈ ਜਾਂਦੀ ਹੈ ਇਹ ਜ਼ਰੂਰੀ ਪਾਸਾ ਹੈ ਜੇ ਲੰਗਰ ਜਿਵੇਂ ਘਰਾਂ ਦੇ ਵਿੱਚ ਬਣ ਕੇ ਆਉਂਦਾ ਹੈ ਤੇ ਉਹ ਘਰਾਂ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਬਣਾਉਣ ਦੀ ਹਰ ਮੈਂਬਰ ਜਿਹੜੇ ਜਿਹੜੇ ਇਨਵੋਲਵ ਨੇ ਚਲੋ ਮਹਾਰਾਜ ਕਿਰਪਾ ਕਰੇ ਸਮਾਂ ਘਟ ਹੈ ਉਹ ਦੂਜਾ ਪਾਸਾ ਹੈ ਦਿਲ ਨਹੀਂ ਕਰਦਾ ਇਹ ਪ੍ਰੋਬਲਮ ਹੈ ਸਮਾਂ ਨਹੀਂ ਹੈ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਪਰ ਜੀ ਨਹੀਂ ਕਰਦਾ ਆ ਪ੍ਰੋਬਲਮ ਹੈ ਇਹ ਨਿੱਤਰ ਦੀ ਪ੍ਰੋਬਲਮ ਹੈ ਸੁਭਾਅ ਦੀ ਪ੍ਰੋਬਲਮ ਹੈ ਇਹ ਨਹੀਂ ਹੋਣੀ ਚਾਹੀਦੀ ਜਿੱਦਣ ਇਹ ਹੋ ਗਈ ਸਮਝ ਲਓ ਚਿੱਤ ਕਿਸੇ ਹੋਰ ਪਾਸੇ ਦਿਲ ਕਿਸੇ ਹੋਰ ਪਾਸੇ ਨੂੰ ਸੋਚੀ ਜਾਂਦਾ ਹਰ ਇੱਕ ਸਿੱਖ ਬੀਬੀ ਦਾ ਜਾਂ ਘਰ ਦੇ ਵਿੱਚ ਬੰਦੇ ਦਾ ਵੀ ਮਾਹੌਲ ਇਦਾਂ ਦਾ ਹੋਣਾ ਚਾਹੀਦਾ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਉਹ ਜੀਵਨ ਦਾ ਸੁਭਾਅ ਇੰਨਾ ਠੰਡਾ ਹੋਣਾ ਚਾਹੀਦਾ ਹੈ ਕਿ ਘਰ ਦੇ ਵਿੱਚ ਆ ਕੇ ਕੋਈ ਵੀ ਸਾਡੇ ਕੋਲੋਂ ਕੋਈ ਚੀਜ਼ ਮੰਗਦਾ ਪਿਆ ਹੈ ਤੇ ਇਦਾਂ ਚੀਜ਼ ਵਰਤਾਈ ਜਾਵੇ ਜਿੱਦਾਂ ਮਾਂ ਆਪਣੇ ਬੱਚਿਆਂ ਨੂੰ ਵਰਤਾ ਦਿੰਦੀ ਹੈ ਨਾ ਇਦਾਂ ਦੁੱਧਿਆਂ ਨੂੰ ਵੀ ਵਰਤਾਉਣ ਦੀ ਹਿੰਮਤ ਰੱਖਦੀ ਹੋਵੇ ਔਰ ਇਹ ਅਜੇ ਲਗਭਗ ਉਹ ਪੀੜੀ ਬੈਠੀ ਹੈ ਤੇ ਉਹ ਚਲੋ ਹੁਣ ਤੇ ਵੱਡੇ ਵੀ ਹੋ ਗਏ ਨੇ ਵੀ ਜਿੰਨਾਂ ਦੇ ਵਿੱਚ ਇਸ ਵੇਲੇ ਆਰਾਮ ਦੇ ਨਾਲ ਦੂਜਿਆਂ ਘਰਾਂ ਦੇ ਵਿੱਚ ਉਹ ਰਾਤ ਨੂੰ ਰੋਟੀ ਖਾ ਕੇ ਤੇ ਬੱਚਾ ਆ ਜਾਂਦਾ ਸੀ ਵੀ ਮੈਂ ਉਹਨਾਂ ਘਰੋਂ ਅੱਜ ਪ੍ਰਸ਼ਾਦਾ ਛਕ ਆਇਆ ਹਾਂ ਮੇਰੀ ਰੋਟੀ ਨਾਲ ਬਣਾਇਓ ਅਜੇ ਵੀ ਆਰਾਮ ਦੇ ਨਾਲ ਉਹ ਪੀੜੀ ਜ਼ਿਆਦਾ ਵੱਡੀ ਨਹੀਂ ਹੋਈ ਉਹ ਪੀੜੀ ਆ ਹੁਣ ਜਿਹੜੀ ਪੀੜੀ ਹੈ ਜਿਹੜੀ ਆ 10-12 ਸਾਲਾਂ ਵਾਲੀ ਹੈ ਇਹਦੇ ਤੋਂ ਪਿੱਛੇ-ਪਿੱਛੇ ਵਾਲੇ ਜਿਹੜੇ ਨੇ ਉਹਦੇ ਵਿੱਚ ਜੋ ਕਿੰਨੇ ਕੁ ਜਣੇ ਨੇ ਜਿਹੜਾ ਪਲੱਗ ਕਿਸੇ ਦੇ ਘਰ ਦੇ ਵਿੱਚੋਂ ਰੋਟੀ ਖਾ ਕੇ ਆਉਂਦੇ ਨੇ ਪਹਿਲੀ ਗੱਲ ਤੇ ਸਾਨੂੰ ਯਕੀਨ ਹੀ ਨਹੀਂ ਕਿਸੇ ਦੇ ਉੱਤੇ ਯਕੀਨ ਹੀ ਨਹੀਂ ਹੈ ਵੀ ਉਹਦੇ ਕੋਲ ਰੋਟੀ ਖਾਆਂ ਦੂਜੀ ਵਾਰ ਨਾ ਖਾ ਲਈ ਪਤਾ ਨਹੀਂ ਜੋ ਮੰਦੇ ਵਿੱਚ ਆ ਜਾਂਦਾ ਸਾਰਿਆਂ ਦੇ ਆਉਂਦਾ ਪਹਿਲੀ ਗੱਲਤੀ ਯਕੀਨ ਹੀ ਨਹੀਂ ਹੈ ਇਹ ਅਸੀਂ ਸੁਸਾਇਟੀ ਕ੍ਰੀਏਟ ਕੀਤੀ ਹੈ ਹਾਲਾਂਕਿ ਇਸ ਸੁਸਾਇਟੀ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹੁੰਨੇ ਕਿ ਪਿਛਲਿਆਂ ਦੇ ਨਾਲੋਂ ਕਿੰਨੀ ਵੱਧ ਮਨੀ ਵੈਲਿਊ ਹੈ ਕਿ ਕਿੰਨਾ ਪੈਸਾ ਜ਼ਿਆਦਾ ਆ ਗਿਆ ਤੇ ਯਕੀਨ ਕਿੰਨਾ ਗਵਾਚ ਗਿਆ ਪੀ ਬੰਦਾ ਲਾਗਲੇ ਗਵਾਂਢੀ ਦੇ ਘਰ ਜਾ ਕੇ ਪ੍ਰਸ਼ਾਦਾ ਛਕਦਾ ਤੇ ਬੰਦੇ ਨੂੰ ਸ਼ੱਕ ਪੈ ਜਾਂਦਾ ਵੀ ਇਹ ਹੁਣ ਤੇ ਛਕ ਆ ਗਾ ਨਾ ਕਿਤੇ ਛਕਾਵੇ ਜਾ ਕੇ ਇਨੀ ਬੇਵਿਸ਼ਵਾਸੀ ਇਹ ਕਿੱਥੋਂ ਸ਼ੁਰੂ ਹੋਈ ਸਾਡਿਆਂ ਘਰਾਂ ਦੇ ਮਾਹੌਲ ਤੋਂ ਸ਼ੁਰੂ ਹੋਈ ਨਿਤ ਬੰਦੇ ਤੇ ਉਹਨਾਂ ਘਰਾਂ ਦੇ ਵਿੱਚ ਵੀ ਜਾ ਕੇ ਪ੍ਰਸ਼ਾਦਾ ਛਕ ਲੈਂਦੇ ਸੀ ਜਿਨ੍ਹਾਂ ਘਰਾਂ ਦੇ ਕੋਈ ਜਾਣਦਾ ਹੀ ਨਹੀਂ ਸੀ ਹੁੰਦਾ ਵਿਰਾਤ ਕਿਤੇ ਰਾਤ ਪੈ ਗਈ ਹੈ ਇਸ ਬੰਦੇ ਨੂੰ ਪਤਾ ਹੀ ਨਹੀਂ ਵੀ ਚਲੋ ਮੇਰਾ ਰਾਤ ਇੱਥੇ ਐਸ ਪਿੰਡ 'ਚ ਹੋਣੀ ਹੈ ਮੈਂ ਸਵੇਰੇ ਆਪਣੇ ਸਫ਼ਰ ਤੇ ਨਿਕਲਾਂ ਪਿੰਡ ਵਾਲਿਆਂ ਨੇ ਕਿਹਾ ਕੋਈ ਨਹੀਂ ਤੂੰ ਬੈਠ ਤੇਰੇ ਲਈ ਅਸੀਂ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਹਾਂ ਯਕੀਨ ਹੀ ਨਹੀਂ ਤੁਸੀਂ ਐਹੀ ਚੀਜ਼ ਤੇ ਗਵਾਹੀ ਹੈ ਅਸੀਂ ਔਰ ਜਿੰਨਾ ਘਰਾਂ ਦੇ ਵਿੱਚ ਇਹ ਚੀਜ਼ ਗਵਾਚ ਗਈ ਹੈ ਚਾਹੇ ਘਰ ਦੇ ਮੈਂਬਰ ਨੇ ਚਾਹੇ ਸੁਸਾਇਟੀ ਦੇ ਮੈਂਬਰ ਨੇ ਉਹ ਚੀਜ਼ ਦੁਬਾਰਾ ਨਹੀਂ ਬਣਦੀ ਹੁੰਦੀ ਜਦੋਂ ਤੱਕ ਆਪ ਨਾ ਬਣਾਉਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਮਹਾਰਾਜ ਕਹਿ ਰਹੇ ਨੇ ਵੀ ਉਹ ਝੁੱਗੀ ਵੀ ਚੰਗੀ ਹੈ ਕਾ ਗੁਰੂ ਘਰ ਦਾ ਲੰਗਰ ਹੋਵੇ ਨਾ ਤੇ ਮੰਨ ਲਓ ਕੋਈ ਵੀ ਬੰਦਾ ਇਹ ਵਿਸ਼ਵਾਸ ਹੀ ਹੈ ਨਾ ਇੱਕ ਵੀ ਮੈਂ ਪ੍ਰਸ਼ਾਦਾ ਛਕ ਲਵਾਂਗਾ ਮੈਨੂੰ ਕਿਸੇ ਨੇ ਨਹੀਂ ਰੋਕਣਾ ਤੇ ਮੈਨੂੰ ਯਕੀਨ ਹੈ ਵੀ ਪ੍ਰਸ਼ਾਦਾ ਠੀਕ ਹੈ ਕੋਈ ਦਿੱਕਤ ਨਹੀਂ ਹੋਵੇਗੀ। ਉਹੀ ਬੰਦਾ ਦੂਜੇ ਦੇ ਘਰ ਦੀ ਥਾਲੀ ਫੜਨ ਲੱਗਾ ਵੀ ਸੋਚੇਗਾ ਵੀ ਇੱਥੋਂ ਪਤਾ ਨਹੀਂ ਮੈਨੂੰ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਇਹ ਵਿਸ਼ਵਾਸ ਦੀਆਂ ਖੇਡਾਂ ਹਨ। ਉਹਨੂੰ ਮਹਾਰਾਜ ਨੇ ਆਖਿਆ ਹੈ ਉਹ ਝੁੱਗੀ ਵੀ ਚੰਗੀ ਉਹ ਛੋਟਾ ਜਿਹਾ ਘਰ ਵੀ ਚੰਗਾ। ਜਿੱਥੇ ਕਿਤੇ ਆਏ ਗਏ ਨੂੰ ਪੁੱਛ ਲਿਆ ਜਾਂਦਾ ਹੈ ਰੱਬ ਦੇ ਭਗਤ ਦੀ ਕਿਤੇ ਸੇਵਾ ਕਰ ਲਈ ਜਾਂਦੀ ਹੈ ਜਿੱਥੇ ਬੰਦਗੀ ਦੀ ਗੱਲ ਹੈ ਜਿੱਥੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਭਾਈ ਜਿਨ੍ਹਾਂ ਘਰਾਂ ਦੇ ਵਿੱਚ ਕਿਤੇ ਰੱਬ ਦੇ ਨਾਮ ਦੀ ਗੱਲ ਨਹੀਂ ਤੇ ਇੱਕ ਦੂਸਰੇ ਦੇ ਪ੍ਰਤੀ ਈਰਖਾ ਸਾੜੇ ਚੱਲੀ ਜਾਂਦੇ ਨੇ ਨਾ ਉਹ ਭਾਵੇਂ ਜਿੱਡੇ ਮਰਜੀ ਮਹਿਲਾਂ ਦੇ ਵਿੱਚ ਰਹਿ ਜਾਣ ਉਹ ਅੰਦਰ ਦੀ ਤੁਖਦੀ ਹੋਈ ਅੱਗ ਇੱਕ ਦਿਨ ਉਹਨਾਂ ਨੂੰ ਹੀ ਸਾੜ ਕੇ ਰੱਖ ਦੇਵੇ ਕਿਸੇ ਬਾਹਰਲੇ ਨਹੀਂ ਸਾੜਨਾ ਅੰਦਰ ਨਹੀਂ ਸਾੜਨਾ ਹੈ ਮਰਜ਼ ਮੇਰ ਕਰੇ ਆਪਣਿਆਂ ਘਰਾਂ ਦੇ ਮਾਹੌਲ ਦੇ ਵੱਲ ਬੜੇ ਪਿਆਰ ਜਿਹੇ ਵਾਲਾ ਮਾਹੌਲ ਹੋਵੇ ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਸਿਖਾ ਦਈਏ ਕਿ ਵੰਡਣਾ ਕਿੱਦਾਂ ਹੈ ਬੱਚਿਆਂ ਨੂੰ ਸਿਖਾ ਦਈਏ ਕਿ ਸੇਵਾ ਕਿੱਦਾਂ ਕਰਨੀ ਹੈ ਆਪਣੇ ਆਪ ਹੀ ਤੁਰਿਆ ਆਉਂਦਾ ਹੈ ਫਿਰ ਉਹ ਆਪਣੇ ਆਪ ਹੀ ਜਨਰੇਸ਼ਨ ਦੇ ਵਿੱਚ ਆ ਜਾਂਦਾ ਹੈ ਇਹ ਚੀਜ਼ਾਂ ਮੈਂ ਟਰੈਵਲ ਕਰਦੀਆਂ ਨੇ ਮਹਾਰਾਜ ਮੇਰ ਕਰੇ ਹੋਈਆਂ ਭੁੱਲਾਂ ਦੀ ਖਿਮਾ